सतनाम श्री वाहे दास हमारी जियो पिंड सब तेरा कहो नानक सब तेरी बढ़िया कोई राव न जान मेरा आनंद गुणी निधार गुरु करीब निवाज जियो सारी संगत जपो जी सतनाम श्री वाहे गुरु जी सूरज चन्न सितारे तौसा नहीं मनिया कदे किसे सरकार दिया तौसा नहीं मनिया कदे किसे सरकार दिया बाकी हो खड़काए सी रणजीत नगारे बाकी हो खड़काए सी रणजीत नगारे मिट्टी में चमड़ा दे ओ सारे दे सारे मिट्टी में चमड़ा दे ओ सारे दे सारे होता जा तो बदी कीमत साथ है बनिया बगादी कोई दस नहीं सकता किन्ने मुल उतारे चलकारे
ਪਹੀੜ ਵਾਲਿਆ ਜਿਉਂਦਾ ਕੋਈ ਛੱਡਿਆ ਨਾ ਰੰਗੀ ਪਹੀੜ ਵਾਲਿਆ ਜਿਉਂਦਾ ਕੋਈ ਛੱਡਿਆ ਨਾ ਜਿਹੜਾ ਪਾ ਕੇ ਨਿਉਂਦਾ ਮੁੜ ਕੇ ਫੇਰ ਵੰਗਾਰੇ ਜਿਹੜਾ ਪਾ ਕੇ ਨਿਉਂਦਾ ਮੁੜ ਕੇ ਫੇਰ ਵੰਗਾਰੇ ਜਿਹੜਾ ਪਾ ਕੇ ਨਿਉਂਦਾ ਮੁੜ ਕੇ ਫੇਰ ਵੰਗਾਰੇ ਹੋ ਵਾਹਿਗੁਰੂ 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 ਹੇ ਵਾਹਿਗੁਰੂ ਅਗਰ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ ਅਗਰ ਪਾਉ ਬਖਸ਼ੇ ਹੈ ਤੋ ਤੌਫੀਕ ਸਫ਼ਰ ਵੀ ਦੇਣਾ ਮੈਂ ਤੋ ਗੂੰਗਾ ਥਾ ਜੇ ਗੁਫ਼ਤਗੂ ਸਹਿਬਾ ਤੂਨੇ ਸਿਖਾਈ ਹੈ ਅਬ ਬੋਲਣੇ ਲਗਾ ਹੂੰ ਬਾਤੋਂ ਮੈਂ ਅਸਰ ਵੀ ਦੇਣਾ ਦਿਨ ਦੁਨੀਆਂ ਦੇ ਮਾਲਕ ਖੰਡਾਂ ਬ੍ਰਹਿਮੰਡਾਂ ਦੇ ਪਾਤਸ਼ਾਹ ਸਤਿਗੁਰੂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਹਸਦੀ ਏ ਮੁਕੱਦਸ ਚਸ਼ਮਾ ਇਹ ਆਬੇ ਹਯਾਤ ਗੁਰਸਿੱਖ ਦੀਆਂ ਸਭ ਮਨੋਕਾਮਨਾਵਾਂ ਪੂਰਨ ਕਰਨ ਵਾਲੇ ਸਤਿਗੁਰੂ ਸਿੱਖ ਪੰਥ ਦੀ ਮੌਜੂਦਾ ਸਰਕਾਰ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੱਜ ਕਰਕੇ ਸਿੱਧਪੁਰ ਨਗਰ ਦੀਆਂ ਸਮੁੱਚੀਆਂ ਸੰਗਤਾਂ ਧੰਨ ਧੰਨ ਬਾਬਾ ਸਿੱਧ ਜੀ ਦੇ ਸਲਾਨਾ ਜੋੜ ਮੇਲੇ ਨੂੰ ਮਨਾਉਂਦੇ ਹੋਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਅੰਦਰ ਸੱਜ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਔਰ ਪਲਾਂ ਨੂੰ ਸਫਲੇ ਕਰ ਰਹੇ ਹੋ ਬਟ ਭਾਗੇ ਹੋ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਸੱਜ ਕੇ ਆਪਣੇ ਜੀਵਨ ਦਾ ਲਾਹਾ ਲੈ ਰਹੇ ਹੋ ਸਮਾਂ ਮਿਲਿਆ ਕੁਝ ਸਮੇਂ ਵਾਸਤੇ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਨਾਲ ਇਤਿਹਾਸ ਅਤੇ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਬਣਾਉਣ ਦਾ ਆਓ ਪਿਆਰਿਓ ਇਸ ਤੋਂ ਪਹਿਲਾਂ ਕਿ ਆਪ ਜੀ ਦੇ ਨਾਲ ਮੈਂ ਇਤਿਹਾਸ ਦੇ ਕਿਸੇ ਪੰਨੇ ਦੀ ਵਿਚਾਰ ਸਾਂਝੀ ਕਰਾਂ ਆਪ ਜੀ ਦੇ ਕੋਲੋਂ ਮੈਂ ਪਹਿਲਾਂ ਪ੍ਰਵਾਨਗੀ ਲੋਚਦਾ ਤੁਹਾਡੀ ਪ੍ਰਵਾਨਗੀ ਚਾਹੁੰਦਾ ਹਾਂ ਤੁਹਾਡੇ ਕੋਲੋਂ ਪ੍ਰਵਾਨਗੀ ਲੈਣ ਵਾਸਤੇ ਜੋ ਗੁਰਮਤਿ ਦਾ ਸੱਚਾ ਤੇ ਸੁੱਚਾ ਸਿਧਾਂਤ ਸਾਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਉਸ ਉੱਤੇ ਪਹਿਰਾ ਦਿੰਦੇ ਹੋਏ ਆਪ ਜੀ ਦੇ ਨਾਲ ਮੈਂ ਫਤਿਹ ਦੀ ਸਾਂਝ ਬਣਾਉਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹੈ ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਇਸ ਵਾਸਤੇ ਆਪਾਂ ਨੇ ਫਤਿਹ ਦੀ ਸਾਂਝ ਬਣਾ ਕੇ ਇੱਥੇ ਇਤਿਹਾਸ ਦੀ ਪ੍ਰਾਰੰਭਤਾ ਕਰਨੀ ਹੈ ਪਿਆਰੇ ਵਾਲਿਓ ਇੱਕ ਵਾਰ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਸਿਮਰਨ ਆਪਣੇ ਆਪ ਸਾਡੀ ਰਚਨਾ ਤੋਂ ਹੋ ਜਾਣਾ ਹੈ ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਿਆਂ ਮਨੁੱਖ ਦੇ ਦੁੱਖ ਖਤਮ ਹੋ ਜਾਂਦੇ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਪਿਆਰਿਓ ਆਪਾਂ ਜਿੰਨੇ ਵੀ ਸਤਿਗੁਰ ਦੇ ਚਰਨਾਂ ਦੇ ਵਿੱਚ ਸੱਜ ਕੇ ਬੈਠੇ ਹਾਂ ਸਾਰੇ ਜਣੇ ਆਪਾਂ ਮਹਾਰਾਜ ਜੀ ਦੇ ਕੋਲੋਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਆਉਂਦੇ ਹਾਂ ਕੋਈ ਬੰਦਾ ਆ ਕੇ ਸਤਿਗੁਰ ਦਾਤਾ ਜੀ ਦੇ ਕੋਲ ਇਹ ਗੱਲ ਨਹੀਂ ਮੰਗਦਾ ਕਿ ਮਹਾਰਾਜ ਮੇਰੀ ਝੋਲੀ ਦੇ ਵਿੱਚ ਦੁੱਖ ਪੈ ਜਾਣ ਹਰ ਕੋਈ ਆ ਕੇ ਕਹਿੰਦਾ ਕਿ ਸਤਿਗੁਰੂ ਕਿਰਪਾ ਕਰਿਓ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਿਓ ਤੇ ਪਿਆਰਿਓ ਇਸ ਗੁਰੂ ਦੇ ਦਰ ਦੇ ਉੱਤੋਂ ਬੜੇ ਸੁੱਖਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਨੇ ਤੇ ਹੁੰਦੀਆਂ ਕਿਵੇਂ ਨੇ ਜਿਹੜਾ ਬੰਦਾ ਆਪਣੀ ਰਸਨਾ ਤੋਂ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਦਾ ਹੈ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਸਿਮਰਨ ਕਰਨ ਦੇ ਨਾਲ ਕਿੰਨੀਆਂ ਵੱਡੀਆਂ ਬਰਕਤਾਂ ਮਿਲਦੀਆਂ ਨੇ ਕਿੰਨੀਆਂ ਸਤਿਗੁਰ ਜੀ ਦੀਆਂ ਰਹਿਮਤਾਂ ਮਿਲਦੀਆਂ ਸਤਿਗੁਰ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਇੱਕ ਜਗ੍ਹਾ ਸਤਿਗੁਰ ਜੀ ਦਾ ਪਾਵਨ ਬਚਨ ਹੈ ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਿਆਂ ਹੁੰਦੀ ਹੈ ਵੈਸੇ ਆਪਾਂ ਦੁਨੀਆਂ ਦੇ ਵਿੱਚ ਦੇਖੀਏ ਤਾਂ ਪਿਆਰੇ ਦੁਨੀਆਂ ਦਾ ਤਕਰੀਬਨ ਹਰੇਕ ਮਨੁੱਖ ਦੁਖੀ ਹੈ ਚਿਹਰੇ ਤੋਂ ਭਾਵੇਂ ਬੰਦਾ ਹੱਸਦਾ ਨਜ਼ਰ ਆ ਸਕਦਾ ਹੈ ਪਰ ਹਰੇਕ ਇਨਸਾਨ ਦੇ ਦਿਲ ਦੇ ਵਿੱਚ ਕੋਈ ਨਾ ਕੋਈ ਦੁੱਖ ਜਿਹੜਾ ਉਹ ਜ਼ਰੂਰ ਲੁਕਿਆ ਹੋਇਆ ਹੈ ਮਹਾਰਾਜ ਜੀ ਦੀ ਬਾਣੀ ਇਸ ਗੱਲ ਉੱਤੇ ਮੋਹਰ ਲਗਾਉਂਦੀ ਹੈ ਬਾਲੀ ਰੋਵੈ ਨਾਹੇ ਪਤਾਰ ਨਾਨਕ ਸੁਖੀਆ ਨਾਨਕ ਦੁਖੀਆ ਸਭ ਸੰਸਾਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਸਾਰੇ ਲੋਕ ਦੁਖੀ ਹੈ ਹੁਣ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛੀਏ ਸਤਿਗੁਰੂ ਇਸ ਸੰਸਾਰ ਦੇ ਵਿੱਚ ਕੋਈ ਐਸਾ ਬੰਦਾ ਵੀ ਹੈ ਜਿਹੜਾ ਸੁਖੀ ਹੋਵੇ ਸਤਿਗੁਰ ਕਹਿੰਦੇ ਹਾਂ ਮਹਾਰਾਜ ਕੌਣ ਹੈ ਉਹ ਸਤਿਗੁਰ ਕਹਿੰਦੇ ਨੇ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਉਹ ਬੰਦਾ ਸੁਖੀ ਹੈ ਜਿਹੜਾ ਆਪਣੀ ਰਸਨਾ ਤੋਂ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ ਆਓ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹੋ ਸੱਜ ਕੇ ਤੇ ਆਖੋ ਕੱਚ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਕਾਰਯੋਗ ਸਤਸੰਗਤ ਗੁਰੂ ਚਰਨਾਂ ਦੇ ਵਿੱਚ ਆਪ ਸਜੀਆਂ ਬੈਠੀਆਂ ਸਮੁੱਚੀਆਂ ਗੁਰਮੁਖ ਸੰਗਤਾਂ ਵਾਸਤੇ ਜਿੰਨੇ ਵੀ ਆਪ ਜੀ ਬਜ਼ੁਰਗ ਵੀਰ ਭੈਣਾਂ ਮਾਤਾਵਾਂ ਤੇ ਬੱਚੇ
संगत दे विच बैठ के हाजरी भर रहे हो। सतगुरां दे चरणां दे विच अरदास है कि सच्चे पातशाह तुहाडी सारयां दी हाजरी अपने दर ते प्रमाण करन, और जिन्हां जिन्हां संगतां ने अपनियां तन करके मन करके ते धन करके सेवावां और भेटावां सतगुरु जी दे चरणां विच भेटा कीतियां, सच्चे पातशाह सारयां दीआं आसां मुरादां गुरमत अनुसार पूरियां करन। इह अरदास करदा होइआ आप जी दे नाल इतिहास दी सांझ बनाउण लग्गा हां। साढ़े तो पहला स्टेज सिकंदर साहब जिन्हां ने सानू अनाउंस किया आप जी दे सन्मुख, उन्होंने आप जी दे नाल इतिहास बारे कुछ गल्लां कीतियां कि इतिहास जिहड़ा है ओह कौमां दी जिंदगी होया करदा है, जिउंदियां कौमां दा इतिहास सरमाया हुंदा है। सत्कारयोग सर संगत सच है जिहड़ियां कौमां अपने इतिहास नूं भुल जांदियां ओह दुनिया दे नक्शे तों गलत अक्खर दी तरह मिट जाया करदियां ने। भुल जांदे कारनामे जिहड़े प्यो दादियां दे आउंदे पिटकारां लोकी उहनां दी औलाद नूं, दुनिया दे लोक लड़ पाउंदे ने जिहड़े लोक अपने वड्डे वडेरियां दे कारनामे भुल जांदे ने। प्यारे जिहड़े याद रखदे ने ना, फिर सतगुरु जी दी बाणी कहिंदी है बाबाणियां कहानियां पुत सुपुत करेण, वड्डियां वडेरियां दीआं कहानियां वड्डियां वडेरियां दा शाना मता इतिहास सचमुच कौमां दी जिंदगी बदलण दी समर्था रखदा है। हुण प्यारे इतिहास जिहड़ा कौमां दी जिंदगी हुंदा है, इतिहास कौमां वास्ते लाइट हाउस दा कम करदा है, इतिहास कौमां वास्ते रोशन मीनार दा कम करदा है, इतिहास कौमां वास्ते एक मील पत्थर हुंदा है। हुण मील पत्थर किवें सर संगत आपां साथ सड़क दे उत्ते तुरे जाने हां, तुरिया जांदे हां सड़क दे किनारे उत्ते जे किते आपां देखीए ते एक छोटा जिहा पत्थर लगा हुंदा है जिहदे उत्ते किलोमीटर लिखे हुंदे ने। अज किलोमीटर है पहला मील हुंदे सी ते कहिंदे आपां अज वी उहनूं मील पत्थर आ। हुण प्यारा मील पत्थर लिखिआ हुंदा, आपां रुक के जदों मील पत्थर नूं देखदे हां तां सानूं पता लग जांदा कि जिथे असीं जाणा है ओ थां इस थां तों इन्नी दूरी ते उत्ते रह गई है कि जिथे असीं अपने घर तों चल के जाण वास्ते आए हां ना ओ थां इस थां तों इन्नी दूरी ते है। इत्थे केवल कहानी खत्म नहीं हो जांदी, जे आपां इह देखणा होवे कि आपां कित्थों चल के आए हां ओ थां इत्थों किन्नी दूरी दे उत्ते रह गई है, उसे मील पत्थर दे दूजे पासे देख लईए सानूं पता लग जांदा है बई ओ थां इत्थों इन्ने किलोमीटर पिछे रह गई है। सो प्यारो इसे तरह इतिहास है, इतिहास जिहड़ा ओ सानूं इह दसदा कि असीं की सां असीं कित्थों तुरे। प्यारो इतिहास यह भी दसदा है असीं कित्थे रुक गए ते इतिहास यह भी दसदा है साडी मंजिल की है असीं कित्थे पहुंचना है। प्यारो यह इतिहास दसेगा पंजाबी दा कवि कहिंदा औखी बणी ते औखियां घाटियां दा होके चानणा पंध दिखाउण वाला फिल्म सैकड़े साल दी घड़ी अंदर बई ऐण अखां दे अगे लियाउण वाला होईआं बीतीआं गल्लां पुराणीआं दी नूरी टलक वी झलक झलकाउण वाला ओए औखी बणी उत्ते कौमां सुतियां नूं झूण झूण के सरों जगाउण वाला कौम बाज जिसते निरी लोथ हुंदी जिहदे छपण ते मजब अदास हुंदा जिहनूं कौमां दी जिंदगी आखदे ने सच पुछो तां ओह इतिहास हुंदा है। इतिहास कौमां दी जिंदगी होया करदा है। आओ प्यारे आप जी दे नाल एक ऐसा इतिहास दा पन्ना सांझा करन जा रहे हैं। हो सकदा है आप जी ने किते पहला सरवण कीता भी होवे पर बहुत घट स्टेजां तों ऐसे इतिहास दे प्रसंग बोले जांदे है। सो महाराज सच्चे पातशाह जी दी कृपा दे पात्र बनण वास्ते एक बार सारी संगत गुरु महाराज दे चरणां दे विच फिर हाजरी लवांदे होए गज के आखो सतनाम श्री वाहिगुरु। एक बार आपो अपने भले वास्ते सारियां संगतां कह दिओ सतनाम श्री वाहिगुरु। आओ गुरमुख प्यारियो आप जी दे नाल जो के प्यारियो परसों साडे इस संसार दे विच आपां महीना मनाया है, महीना लंघ के गया ते इस मार्च महीने दी 29 तरीक ਇਹ 29 ਤਰੀਕ ਆਪਣੀ ਬੁੱਕਲ ਦੇ ਵਿੱਚ ਇੱਕ ਐਸਾ ਇਤਿਹਾਸ ਦਾ ਪੰਨਾ ਲਕੋਈ ਬੈਠੀ ਹੈ। ਜਦੋਂ ਆਪਾਂ ਇਤਿਹਾਸ ਦਾ ਇਹ ਪਿਆਰ ਵਾਲਿਓ ਕਾਂਡ ਪੜਾਂਗੇ ਕਿ ਸਿੱਖ ਰਾਜ ਕਿਵੇਂ ਬਣਿਆ, ਉਸ ਸਿੱਖ ਰਾਜ ਕਿਵੇਂ ਬਣੇ ਦੇ ਵਿੱਚ ਇੱਕ ਪਿਆਰ ਵਾਲਿਓ ਸਰਲੇਖ ਹੇਠ ਆਉਂਦਾ ਹੈ ਕਿ ਸਿੱਖਾਂ ਨੂੰ ਨਵਾਬੀ ਕਿਵੇਂ ਮਿਲੀ। ਮੈਂ ਆਪ ਜੀ ਦੀ ਸੇਵਾ ਦੇ ਵਿੱਚ ਉਹ ਇਤਿਹਾਸ ਦਾ ਪ੍ਰਕਰਨ ਸਾਂਝਾ ਕਰਨ ਜਾ ਰਿਹਾ ਹਾਂ। ਪਿਆਰ ਵਾਲਿਓ ਆਓ
अपना ध्यान लेके चलिए अजोके पाकिस्तान की धरती के उत्ते जिला शेखूपुर का एक पिंड है काले के। इस काले के पिंड के विच एक बहुत ही गुरमुख परिवार चौधरी सरदार दलीप सिंह बिरक का परिवार वसदा है। प्यारे इन्हां दे घर दे विच 1697 ईस्वी नूं एक होनहार पुत्र का जन्म होया। हुण पुत्र का जन्म होया, मापिया ने लाडा चावां दे नाल अपने बच्चे का नाम रखिया कपूरा। हुण कपूरा मापिया के घर के जन्म लेंदा है। माता पिता दोनों जने अपने पुत्र की परवरिश गुरमत के रंग में रंगे हुए करते हैं। माता अपने पुत्र नूं गोद में बिठा के गुरबाणी दीयां लोरियां सिखाउंदी है, उन्हों गुरबाणी दीयां पंक्तियां दे नाल उहदी सांझ बनाउंदी है। कदे कदे माता असीसां दिंदी कह जांदी है, पूता माता की असीस निमक ना बिसरो तुमको हर हर सदा भजो जगदीश। हुण प्यारो इसे तरह गुरबाणी दीयां लोरियां लैंदा होया एक पूरा 8-9 साल की उम्र के विच जांदा है। जिस वक्त 10वें पातशाह आनंदपुर साहिब की पावन धरती नूं छड्ड के दमदमा साहिब की पावन धरती के उत्ते बिराजे हुए ने। माता पिता अपने पुत्र नूं नाल लैके 10वें पातशाह जी का शुकराना करन वास्ते दमदमा साहिब की पावन धरती ते पहुंचते हैं, क्योंकि सिख की भावना होंदी है साडे घर दे विच कोई भी दात परमात्मा बख्श देवे तां अपने मन दे विच विचार आउंदी है कि आपां सतगुर सच्चे पातशाह जी का शुकर करके आईए। जेड़े रब दे रंग दे विच रंगे हुए ने गुरमुख परिवार ने ओ प्यारे उस परमात्मा दा शुकराना जरूर करदे है। कई मेरे वाले वर्गे जेड़े ने ओ दाता लेके दाते नूं भुल जांदे ने, दात प्यारी विसरिया दा तारा वाला उहनां दा सुभाव बन जांदा है। पर प्यारे चौधरी दलीप सिंह विरक घर दे विच पुत्र दा जन्म होया पर उहने सतगुरु जी नूं भुलाया नहीं। अज 8-9 वरियां दा इहदा पुत्र होया। दोनों जने अपने पुत्र नूं लैके 10वें पातशाह दे चरणां दे विच आनंदपुर साहिब दी धरती ते पहुंचे है। सच्चे पातशाह दा सज्जा दरबार है, महाराज जी दे चरणां विच नमस्कारां करके इन्हां ने सतगुरु जी दा शुकराना कीता कि महाराज परमात्मा दी कृपा तुहाडी रहमत सदका साडे पेड़े दे विच इस पुत्र दा जन्म होया। सतगुरु जी इस 8-9 सालां दे बच्चे नूं अपनी गोद दे विच बिठाउंदे ने। प्यारे उहदे सिर दे उत्ते हथ फेर के दशमेश पिता जी प्यार करदे जा रहे ने ते नाल ही सुभाविक इक वचन करदे ने कि इह बच्चा ते साडा नवाब है, आउण वाले समें दे विच सिक्खी दा नवाब बनेगा। हुण 10वें पातशाह जी ने इह वचन कर दित्ता। प्यारे माता पिता हजूर सच्चे पातशाह दे कोलों आग्या लै के वापस अपने घर आ जांदे ने। हुण प्यारे अपने पिता नूं सिक्खी दे कारजां दे विच सेवा करदे देखता इह छोटा जिहा बच्चा कपूरा। हुण माता नूं कहिंदा कि मां मैं भी सिक्खी दी सेवा करनी चाहुंदी है। ते माता कहिंदी है कि पुत्रा जे सिक्खी दी सेवा करनी है सेवा तू कर ते सकदा है, पर सिक्खी दी सेवा करन वास्ते इक शर्त है। मां केड़ी शर्त है? कहण लगी सतगुर की सेवा काखड़ी सिर दीजे आप गवाए। हुण कहिंदे ने कि पुत्रा जे तू सेवा करनी है सिक्खी दी ना तां तैनूं सिर देना पैणा ते आपा वारना पैणा है, फिर तू सिक्खी दी सेवा कर सकदा है आपा गवा के। बच्चा कहिंदा मां मैं तैयार हां। ते प्यारे माता कहिंदी है पुत्रा फिर इंज कर तू पई सब तो पहला गतके दी विद्या सिख। हुण प्यारे बच्चा जांदा गतका सिखण वास्ते। दिनां दे विच ओह गतके दे विच बड़ी महारत हासिल कर लैंदा है। हुण इक दिन गतके दा अभ्यास करदा है और प्यारे अपने विरोधी दे नाल ओह गतके दे शस्त्रां दे अभ्यास जोहर दिखा रहा है। विरोधी दा ऐसा वार हुंदा है इहदे प्यारे सज्जे मोढे दे उत्ते वार होया। वार इन्ना गहरा चलिया गया, ऐसा गहरा फट लगा कि उस वेले दे जिहड़े जराह सन जिहड़े हकीम सन उहनां ने प्यारे फट सी ते दित्ता, पर नाल ही मां नूं कह दित्ता कि मां हुण तेरे पुत दी तू जिन्नी सेवा कर लवें कर सकदी है, क्योंकि तेरा पुत्र एडा वड्डा इहदे मोढे उत्ते फट लग गया, हुण इह तंदुरुस्त नहीं हो सकदा, हुण इह बचेगा नहीं। मां अपने पुत्र नूं घर लै आई। प्यारे माता पिता दोनों जाने अपने पुत्र दी सवेर तो लैके शाम तक नाले मलम पट्टी सेवा करदे ने, नाले परमात्मा दा सिमरन करदे आ ते नाले परमात्मा दे चरणां दे विच अरदासां बेनतियां करदे आ कि सतगुरु सच्चे पातशाह साडे बच्चे नूं जल्दी दे नाल तंदुरुस्त करो। हुण सियाणे कहिंदे ने कि जिहड़ी गल कदे दवाइयां नाल नहीं ना बनदी, क्योंकि तुसीं देखो कई वार अपने आसपास इलाके दे विच हो जांदा है कि डाक्टर जवाब दिंदे ने कि इह बंदा बच नहीं सकदा, पर प्यारे घर दे सेवा करदे ने अरदासां बेनतियां करदे है ते फिर अरदास जिहड़ी आ उह प्रवान हो जांदी है ते बच्चा तंदुरुस्त हो जांदा है। इसे तरह प्यार वाले हुण
एक विद्वान शहर कहता जो बात दुआ से बन ना सके वो बात दुआ से होती है, जब कामल मुर्शिद मिलता है तब बात खुदा से होती है। हुण प्यारो कीतियां होईयां सच्चे दिलों अरदासा परमात्मा दे चरणां विच प्रवान होईयां, ते अज होर कल होर परसों होर, एक दिन ए बच्चा बिल्कुल तंदुरुस्त हो गया, दोबारा फिर उन्हें प्यारो गतके दी विद्या लैनी शुरू कर दित्ती है। दिनां दे विच तीर अंदाजी घोड़सवारी तेग चलाउण दे विच माहर हो गया। हुण समा अपनी चाल चलदा जांदा है। सन 1600 ते 21 आया प्यारो, दिवाली का दिहाड़ा है, अमृतसर साहब की पावन धरती ते यह बच्चा पहुंचता है अपने पिता जी के नाल। दिवाली के त्यौहार उत्ते प्यारो बहुत वड्डा इकट्ठ खालसे का अमृतसर होंदा, और इत्थे भाई मणि सिंह जी के हत्थों ये अमृत की दात प्राप्त करके कपूर सिंह बन जाता है। त्यार पर त्यार सिंह सज के यह हुण अपने घर का मोह त्याग के पंथ के दलां दे विच आके सेवा करन लग पैंदा है। प्यारो कदे सिंघां दे जूठे भांडे मांजण की सेवा करता है, कदे सिंघां दे सजे दरबार दे विच ए पखे चलण दी सेवा करदा है, कदे गुरु के सिखां दे घोड़ियां दी लिद हटाउण दी सेवा करदा है। इस तरह सेवा करन दे विच बड़ा माण ए प्राप्त करदा जा रिहा है। हुण प्यारिओ समा अपनी चाल चलदा जा रिहा है। हुण इस वक्त पंथ दे उत्ते ऐसा बिपता भरिया समा चल रिहा है। बाबा बंदा सिंह बहादुर की शहादत हो चुकी है, और पंथ उस वेले अपनी होंद की लड़ाई लड़ रहा है। इस वक्त बाबा बंदा सिंह बहादुर तो बाद विच दीवान दरबारा सिंह और सिख कौम की अगवाई करते ने, सिख कौम की अगवाई करते ने दीवान दरबारा सिंह। दीवान दरबारा सिंह कौन है? चमकौर के मैदान के विच प्यारे दसवें पातशाह जी की बख्शिश का पात्र बन के एक भाई नानू सिंह दिल वाली शहादत का जाम पींदा है। वह चमकौर की जंग विच शहीद होने वाले भाई नानू सिंह दिल वाली का यह पुत्र है दीवान दरबारा सिंह, जिहड़ा बाबा बंदा सिंह बहादुर तो बाद विच सिख कौम की अगवाई करता है। हुण प्यारिओ ऐसे समय दे विच 1726 सन आया, 1726 दे विच एक ऐसी घटना सिख कौम दे नाल वापरी जिसने एक बार फिर सिख कौम नूं हलूणा दे दिता। प्यारे ओ घटना की सी? ओ भाई तारा सिंह बां जो कि एक बहुत ही पर उपकारी किरती संत सुभा ते जरनैल सूरमा सी, जिस दे उत्ते प्यार वालिओ शाही सरकार दे वल्लों शाही फौज दियां लगभग 2200 जिहड़ियां फौजां ने भेज के भाई तारा सिंह बां दे डेरे उत्ते जो उहने डेरा बनाया सी अपनी किरत करके अपने खर्चे उत्ते, जिथे ओह आए गए हरेक गुरसिख दी हर पक्ष तों मदद करिया करदा सी। उस डेरे दे उत्ते जकरिया खान ने 2200 फौजां भेजियां, और एक पासे 2200 शाही फौज दूजे पासे 22 गुरु के सिख। इस असामी जंग दे विच भाई तारा सिंह बां शहादत जाम पी गया अपने भाई सिद्धकी सिंघां दे समेत। हुण प्यारे भाई तारा सिंह बां दी शहादत उन्हां शहीदां दा डुल्या होया लहू इस कौम दे विच इक नवां रंग लैके आया। पंजाबी दा कवि कहिंदा है, जद डुलदा खून शहीदां दा तस्वीर बदलदी कौमां दी, डंबियां नाल खोपर लैंदे जां तकदीर बदलदी कौमां दी। हुण उस डुल्ले होए लहू ने इक नवीं तस्वीर सिख कौम दी पैदा कीती है। प्यारे ओ डुल्ले होए लहू नूं देखदे होया सिख कौम दी जवानी जिहड़ी है ओ प्यारे जख्मी शेर दी तरह भड़क उठी है। जे उहनां दे विच इहनां शहीदां दा डुल्या लहू जबै बाण लाग्यो तबै रोस जाग्यो वाला कम कर गया। इंज कह लईए उहनां दे जोश दी ज्वाला लट लट करके मचनी शुरू हो गई, ते ओ इहनां शहीदां दे जेड़े जालम लोकां ने यह सारा कहर वरताया है उन्हां दे कोलों बदले लैण वास्ते काले पै रहे ने। हुण सारे कौम दे जोश नूं अपनियां अखां दे नाल देखिया है दीवान दरबारा सिंह ने। उन्हें सोचिया भी कौम दा यह जोश, कौम दी जवानी दे विच शहीदां दे डुल्ले लहू करके आई स्पिरट किते अजाई ना चली जावे। कौम दे इस स्पिरट नूं, कौम दे जोश नूं एक नवीं दिशा देण वास्ते कौम दे जथेदार ने
उस वेले प्यार बाड़ियो अमृतसर साहिब दी पावन धरती दे उत्ते सिख संगतां दा पहला सरबत खालसा इकत्र कीता है। पहली बार अमृतसर साहिब दी पावन धरती दे उत्ते सरबत खालसा भाई तारा सिंह बाण दी शहादत तो बाद विच होया है। हजारां दी तादाद दे विच सिख नौजवान इस सरबत खालसे दे विच शामिल हुंदे है। हुण प्यारे अकाल तख्त साहिब दे सरमुख सजिया दरबार है, कौम दे जथेदार बैठे हुए ने। प्यारियो हजारां दी तादाद दे विच नौजवान गबरू इस सरबत खालसे दे विच हिस्सा लैण वास्ते आए ने, जिन्हां दे विचों एक ओ नौजवान जिहदा आपां शुरुआत दे विच जिक्र करके आए आ, ओ कपूर सिंह, ओ भी इस सरबत खालसे दे विच शामिल होया है। हुण प्यारियो कौम दे जथेदार ने सब तो पहला खड़िया होके कौम दे जवानां नूं तकरीर करनी शुरू कीती है कि सिंघो ओ साडी अणख नूं अज सरकार ने वंगारी है। भाई तारा सिंह वां जो कि एक संत स्वरूप गुरसिख सी जिन्हें बड़े परे उपकार कीते ने, ओहदे उत्ते बिना कसूरो सरकार ने फौज चढ़ा के उन्हां नूं शहीद कर दिता। यह शहीदी हुण अंजाई नहीं जानी चाहीदी, आपां उन्हां दे कोलों बदला लवांगे। कौमी अणख नूं मारे जद सत दुश्मन, भाई उदो शांति का किथे जाप हुंदा। उस वेले कोई जमदा शेर नलुआ, उस वेले कोई पैदा प्रताप हुंदा। ओए कौमां वास्ते मरन दा पाक जज्बा पैदा दिला अंदर अपने आप हुंदा। जुल्म करना भी हुंदा है पाप, जेकर ता जुल्म झलना भी महा पाप हुंदा है। कौम दा जथेदार दीवान दरबारा सिंह कौम दे जोधियां नूं अमृतसर साहिब दी इक धरती ते एकत्र करके जिवें जो शीली तकरीर करदा है, ते प्यारे उस सरबत खालसे दे विच सर्वसम्मति दे नाल जेड़े फैसले ले जांदे है, ढाडी जत्था आप संगत दी सेवा विच इउं बिनती करदा है। तारा सिंह बासुरमा जद गया शहीदी पास सुन के पड़की उठिया खालसा।
ਹੱਜੀ ਮੋੜ ਕੇ ਸਰਕਾਰ ਦੀ ਗਏ ਸਾਡੇ ਵੱਲ ਜੋ ਪਾ ਚੁਣ ਚੁਣ ਕੇ ਬੁਖਮਰ ਸੋਧਣੇ छोटे वीर दलविंदर सिंह दमन जिन्हां दा अपना बहुत वधिया ढाडी जत्था है वह भी संगत दे विच बैठ के गुरु का इतिहास सरवण कर रहे हो। सो मैं धन्यवाद करता है आप सारिया संगतां दा ते सच्चे पातशाह दे चरणां दे विच अरदास है कि सतगुरु इसे तरह साडी ते तुहाडी गुरमत दी प्रीत बनाई रखण इसे तरह तुहाडे नाल प्यार बनिया रहे और तुहानूं सारिया नूं सच्चे पातशाह जी अपने दरों घरों गुरसिखी जीवन नाम दान दीआं दातां बख्शिश करन। आओ सारी संगत एक बार फिर गज के आखो सतनाम श्री वाहिगुरु। विद्वान सज्जना दे बोल है वो कहिंदे ने हर एक्शन दा रिएक्शन हुंदा है, हर कर्म दा प्रतिकर्म होया करता है, हर धुप परछावें पैदा करदी है, हर गर्मी तो बाद सर्दी ते सर्दी तो बाद गर्मी आउंदी है। इसे तरह जिवें बचपन तो बाद जवानी ते जवानी तो बाद बढ़ेपा आउंदा है, इसे तरह जदों दुनिया दे उत्ते कोई वड्डा जुल्म हुंदा है, कोई दुनिया दे उत्ते अत्याचार हुंदा है, तां उस अत्याचार दे प्रतिकर्म वजों इक बहुत वड्डा दुनिया दे उत्ते इनकलाब आया करदा है। एक पंजाबी दा कवि कहिंदा है जद चढ़न पाप दियां जंजां भुखियां जमदियां अपील दलीलां उत्ते होण ना किसे कम दियां जद भी जुल्म मनुखता दी पत लुटदा है उस गर्भ चो फेर बंदूकां जन्मदियां। कदों प्यारे हथियारां दा जन्म हुंदा है, कदों हथियारबंद नौजवान अपनी होंद नूं बचाउण वास्ते समें दियां हकूमतां दे नाल टक्कर लैंदे है, जदों प्यारे कोई शांति दे नाल बैठे होए सरबत दे भला मंगदे होए भी कोई किसे दे गल नूं आके हथ पालवे उदों वड्डे तों वड्डा इनकलाब आया करदा है। इसे तरह हुण सतकारयोग सर संगत संत सरूप बहुत ही किरत करन वाले और रब दे भै विच गुरबाणी पढ़न वाले और हर सिख दी हर पक्ष तों मदद करन वाले ते हरेक लोड़वंद वास्ते ओ मददगार संत सरूप बाबा तारा सिंह वाण ते ओहदे साथियां दी शहादत जिस वेले होई उन्हां दा डुल्लिया होया लहू एक नवा जोश कौम दे विच भर गया। कौम दा ए डुल्लिया होया लहू कौम दे योधियां दा ए जोश
ਕਿਤੇ ਵਿਅਰਥ ਨਾ ਚਲਿਆ ਜਾਵੇ। ਕੌਮ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਨੇ ਪਿਆਰਿਓ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਇਕੱਤਰ ਕੀਤਾ। ਹੁਣ ਸਰਬੱਤ ਖਾਲਸੇ ਦੇ ਵਿੱਚ ਦੀਵਾਨ ਦਰਬਾਰਾ ਸਿੰਘ ਆਪ, ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ, ਪਿਆਰਿਓ ਬਾਬਾ ਜੱਸਾ ਸਿੰਘ ਰਾਮਗੜੀਏ ਵਰਗੇ, ਸਰਦਾਰ ਬੁੱਢਾ ਸਿੰਘ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਵਰਗੇ, ਸਰਦਾਰ ਥਰਾਜ ਸਿੰਘ, ਸਰਦਾਰ ਹਰੀ ਸਿੰਘ ਹਜੂਰੀਏ ਵਰਗੇ, ਇਹ ਸਾਡੀ ਕੌਮ ਦੇ ਉਹ ਜਰਨੈਲ ਪਿਆਰਿਓ ਜਿਹੜੇ ਆਪਣੀ ਹੋਣ ਦੀ ਲੜਾਈ ਲੜਦੇ ਰਹੇ, ਹੁਣ ਸਰਬੱਤ ਖਾਲਸੇ ਦੇ ਵਿੱਚ ਇਕੱਤਰ ਹੋਏ ਨੇ। ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਕਿ ਭਾਈ ਤਾਰਾ ਸਿੰਘ ਬਾਂ ਦਾ ਡੁੱਲਿਆ ਲਹੂ ਅਸੀਂ ਹੁਣ ਵਿਅਰਥ ਨਹੀਂ ਜਾਣ ਦੇਣਾ, ਅਸੀਂ ਸਰਕਾਰ ਦੇ ਕੋਲੋਂ ਬਦਲਾ ਲਵਾਂਗੇ, ਉਹਨਾਂ ਦੀ ਭੇਜੀ ਹੋਈ ਭਾਜੀ 21 ਦੀ 51 ਕਰਕੇ ਮੋੜਾਂਗੇ। ਸਰਕਾਰ ਨੇ ਸਾਡੇ ਗਲ ਨੂੰ ਹੱਥ ਪਾਇਆ, ਹੁਣ ਅਸੀਂ ਉਹਨਾਂ ਨੂੰ ਇਸ ਦਾ ਅੰਜਾਮ ਕੀ ਭੁਗਤਣਾ ਪੈਂਦਾ ਜਲਦੀ ਦਿਖਾਵਾਂਗੇ। ਹੁਣ ਪਿਆਰਿਓ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ, ਕੋਈ ਕਹਿੰਦਾ ਕਿ ਆਪਾਂ ਹਥਿਆਰ ਬੰਦ ਹੋ ਕਰਕੇ ਸਿੱਧੇ ਜਾ ਕੇ ਲਾਹੌਰ ਦੀ ਧਰਤੀ ਦੇ ਉੱਤੇ ਜਾ ਕੇ ਹਮਲਾ ਕਰਦੇ ਹਾਂ, ਜਕਰੀਆ ਖਾਣ ਦਾ ਸਿਰ ਵੱਢਦੇ ਹਾਂ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਪਰ ਪਿਆਰਿਓ ਕਿਸੇ ਨੇ ਵੀ ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਅਜੇ ਸਹਿਮਤੀ ਪ੍ਰਗਟ ਨਹੀਂ ਕੀਤੀ। ਅਖੀਰ ਇੱਕ ਨੌਜਵਾਨ ਜਿਸ ਨੂੰ ਪਿਆਰ ਵਾਲੇ ਦਸਵੇਂ ਪਾਤਸ਼ਾਹ ਜੀ ਨੇ ਵੀ ਬਖਸ਼ਿਸ਼ ਕੀਤੀ ਹੈ ਔਰ ਬਚਪਨ ਦੇ ਵਿੱਚ ਉਹ ਸੇਵਾ ਸਿਮਰਨ ਦੇ ਵਿੱਚ ਜੁਟਿਆ ਰਹਿੰਦਾ ਹੈ, ਉਹ ਕਪੂਰ ਸਿੰਘ, ਉਹ ਵੀ ਇਸ ਸਰਬੱਤ ਖਾਲਸੇ ਦੇ ਵਿੱਚ ਇਕੱਤਰ ਹੋਇਆ। ਹੁਣ ਸਾਰੇ ਕੌਮ ਦੇ ਜਥੇਦਾਰਾਂ ਦੇ ਪਿਆਰੇ ਉਹ ਵਿਚਾਰ ਸੁਣਦਾ ਹੈ ਔਰ ਉਪਰੰਤ ਖੜਾ ਹੋ ਕੇ ਆਗਿਆ ਮੰਗਦਾ ਕਿ ਜਥੇਦਾਰ ਜੀ, ਜੇਕਰ ਆਪ ਜੀ ਮੈਨੂੰ ਆਗਿਆ ਦਿਓ ਤੇ ਮੈਂ ਵੀ ਆਪਣੇ ਸੁਝਾਅ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ। ਹੁਣ ਪਿਆਰੇ ਉਸ ਵੇਲੇ ਕੌਮ ਦੇ ਜਥੇਦਾਰਾਂ ਨੇ ਆਗਿਆ ਦਿੱਤੀ, ਸਰਦਾਰ ਕਪੂਰ ਸਿੰਘ ਜਿਹਦੀ ਪਿਆਰੇ ਚੜ੍ਹਦੀ ਜਵਾਨੀ ਹੈ ਉੱਠ ਕੇ ਖੜਾ ਹੋਇਆ ਤੇ ਸੰਗਤ ਨੂੰ ਫਤਿਹ ਦੀ ਸਾਂਝ ਪਾ ਕੇ ਅੱਗੇ ਕਹਿਣਾ ਸ਼ੁਰੂ ਕੀਤਾ ਕਿ ਸੰਗਤ ਜੀ, ਸਾਡਾ ਜਿਹੜਾ ਜੰਗ ਹੈ, ਸਾਡੀ ਜਿਹੜੀ ਟੱਕਰ ਹੈ, ਉਹ ਇਸ ਵੇਲੇ ਜਕਰੀਆ ਖਾਨ ਦੇ ਨਾਲ ਹੈ ਔਰ ਜਕਰੀਆ ਖਾਨ ਦੇ ਉੱਤੇ ਆਪਾਂ ਸਿੱਧਾ ਹਮਲਾ ਨਹੀਂ ਕਰ ਸਕਦੇ ਕਿਉਂਕਿ ਉਹਦੇ ਕੋਲ ਆਪਣੀ ਬੜੀ ਫੌਜ ਹੈ, ਚੰਗੇ ਹਥਿਆਰ ਨੇ, ਚੰਗੇ ਘੋੜੇ ਨੇ ਔਰ ਨਾਲ ਨਾਲ ਦਿੱਲੀ ਦੀ ਸਰਕਾਰ ਦਾ ਹੱਥ ਵੀ ਉਹਦੇ ਸਿਰ ਉੱਤੇ ਹੈ। ਆਪਣੀ ਫੌਜ ਦੀ ਗਿਣਤੀ ਘੱਟ ਹੈ, ਆਪਣੇ ਕੋਲ ਨਾ ਤੇ ਵਧੀਆ ਘੋੜੇ ਨੇ ਨਾ ਆਪਣੇ ਕੋਲ ਚੰਗੇ ਹਥਿਆਰ ਹੈ। ਹੁਣ ਜੇਕਰ ਆਪਾਂ ਸਰਕਾਰ ਦੇ ਨਾਲ ਟੱਕਰ ਲੈਣੀ ਹੈ ਤਾਂ ਸਰਕਾਰ ਦੇ ਨਾਲ ਕਿਸੇ ਹੋਰ ਤਰੀਕੇ ਦੇ ਨਾਲ ਪੇਸ਼ ਹੋਣਾ ਪਵੇਗਾ। ਸਾਰਿਆਂ ਨੇ ਕਿਹਾ ਕਿ ਉਹ ਕਿਵੇਂ? ਸਰਦਾਰ ਕਪੂਰ ਸਿੰਘ ਕਹਿਣ ਲੱਗਾ, ਮੇਰੀ ਜਾਚੇ ਅਨੁਸਾਰ, ਮੇਰੀ ਜਾਣਕਾਰੀ ਮੁਤਾਬਕ ਸਰਕਾਰਾਂ ਜਿਹੜੀਆਂ ਨੇ ਉਹ ਕਦੇ ਪੈਸੇ ਤੋਂ ਬਿਨਾਂ ਨਹੀਂ ਚੱਲਦੀਆਂ। ਸਰਕਾਰਾਂ ਨੂੰ ਚਲਾਉਣ ਵਾਸਤੇ ਬਹੁਤ ਸਾਰਾ ਰੁਪਈਆ ਚਾਹੀਦਾ ਹੈ ਤੇ ਸਰਕਾਰਾਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਹਰ ਵਰਗ ਦੇ ਉੱਤੇ ਟੈਕਸ ਲਗਾਉਂਦੀਆਂ ਨੇ, ਲਗਾਨ ਲਗਾਉਂਦੀਆਂ ਨੇ ਔਰ ਇਹ ਜਿਹੜਾ ਲਗਾਨ ਹੈ ਉਹ ਆਪਣੇ ਕਰਿੰਦਿਆਂ ਦੇ ਰਾਹੀਂ ਇਹ ਵਸੂਲ ਕੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਦੇ ਹੈ ਤੇ ਉਹਦੇ ਨਾਲ ਇਹ ਆਪਣਾ ਕੰਮ ਕਾਰ ਚਲਾਉਂਦੇ ਨੇ। ਇਸ ਵਾਸਤੇ ਮੇਰੀ ਸਲਾਹ ਹੈ ਕਿ ਆਪਾਂ ਸਰਕਾਰ ਨੂੰ ਕਮਜ਼ੋਰ ਕਰਨ ਵਾਸਤੇ ਸਭ ਤੋਂ ਪਹਿਲਾਂ ਸਰਕਾਰ ਦੇ ਖਜ਼ਾਨੇ ਲੁੱਟੀਏ। ਸਰਕਾਰ ਦਾ ਲਗਾਨ ਉਗਰਾਇਆ ਹੋਇਆ ਟੈਕਸ ਜੋ ਕਿ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਪਹਿਲਾਂ ਲਾਹੌਰ ਆਉਂਦਾ ਹੈ, ਫਿਰ ਲਾਹੌਰ ਤੋਂ ਅੱਗੇ ਦਿੱਲੀ ਜਾਂਦਾ ਹੈ, ਇਹ ਜਿਹੜਾ ਟੈਕਸ ਹੈ ਆਪਾਂ ਰਾਸਤੇ ਦੇ ਵਿੱਚ ਲੁੱਟ ਕੇ ਆਪਣੇ ਕੋਲ ਲੈ ਆਈਏ, ਇਹਦੇ ਨਾਲ ਸਾਡੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਤੇ ਸਰਕਾਰ ਦਾ ਖਜ਼ਾਨਾ ਵੀ ਖਾਲੀ ਹੋਵੇਗਾ ਤੇ ਸਰਕਾਰ ਉਸ ਵੇਲੇ ਕਮਜ਼ੋਰ ਹੋਵੇਗੀ। ਕਹਿੰਦਾ ਇੱਥੇ ਗੱਲ ਮੁੱਕ ਨਹੀਂ ਜਾਂਦੀ, ਦੂਜਾ ਕੰਮ ਆਪਾਂ ਇਹ ਕਰਨਾ, ਸਰਕਾਰ ਦੀ ਜਿਹੜੀ ਤਾਕਤ ਹੈ ਉਹਨੇ ਹਥਿਆਰ ਤੇ ਘੋੜੇ, ਆਪਾਂ ਉਹਨਾਂ ਦੇ ਅਸਲੇ ਖਾਨਿਆਂ ਦੇ ਉੱਤੇ, ਉਹਨਾਂ ਦੇ ਤਬੇਲਿਆਂ ਉੱਤੇ ਹਮਲੇ ਕਰਕੇ ਘੋੜੇ ਤੇ ਹਥਿਆਰ ਲੁੱਟਣੇ ਹੈ। ਹਥਿਆਰ ਲੁੱਟਾਂਗੇ ਇਹਦੇ ਨਾਲ ਸਾਡੀ ਤਾਕਤ ਵਧੇਗੀ ਤੇ ਸਰਕਾਰ ਕਮਜ਼ੋਰ ਹੋਵੇਗੀ। ਤੀਜਾ ਕੰਮ ਕਹਿੰਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਜਿਹੜੀ ਪਾਵਰ ਹੈ, ਜਿਹੜੀ ਤਾਕਤ ਹੈ, ਉਹ ਹੁੰਦੇ ਨੇ ਸਰਕਾਰ ਦੇ ਮੁਖਬਰ, ਜਿਹੜੇ ਸਰਕਾਰ ਦੇ ਪਿੱਠੂ ਚੌਧਰੀ ਹੈ, ਜਿਹੜੇ ਸਾਡੇ ਗਦਾਰ, ਉਹਨਾਂ ਨੂੰ ਆਪਾਂ ਚੁਣ ਚੁਣ ਕੇ ਸੋਧੇ ਲਾਈਏ। ਲਓ ਪਿਆਰੇ ਹਜੇ ਸਰਦਾਰ ਕਪੂਰ ਸਿੰਘ ਇਹ ਗੱਲਾਂ ਕਹਿ ਰਿਹਾ ਸੀ, ਕੌਮ ਦੇ ਨੌਜਵਾਨ ਗੱਭਰੂਆਂ ਨੇ ਪਿਆਰੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਕੇ ਉਸ ਦੇ ਇਸ ਸੁਝਾਅ ਦਾ ਸਵਾਗਤ ਕੀਤਾ ਤੇ ਹੁਣ ਸਰਬ ਸੰਮਤੀ ਦੇ ਨਾਲ ਇਹ ਫੈਸਲੇ ਲੈ ਗਏ। ਹੁਣ ਪਿਆਰੇ ਦੇਖੋ ਕਿੱਡੇ ਕਮਾਲ ਦੇ ਸਾਡੀ ਕੌਮ ਦੇ ਜਥੇਦਾਰਾਂ ਨੇ ਸਰਬ ਸੰਮਤੀ ਦੇ ਨਾਲ ਫੈਸਲੇ ਲਏ ਹੈ ਕਿ ਸਰਕਾਰ ਦੇ ਖਜ਼ਾਨੇ ਨੂੰ ਲੁੱਟਿਆ ਜਾਵੇ, ਸਰਕਾਰ ਦੇ ਘੋੜੇ ਤੇ ਹਥਿਆਰ ਸਰਕਾਰ ਨੂੰ ਕਮਜ਼ੋਰ ਕਰਨ ਵਾਸਤੇ ਸੋਧੇ ਜਿਹੜੇ ਲੁੱਟੇ ਜਾਣ ਤੇ ਸਰਕਾਰ ਦੇ ਮੁਖਬਰਾਂ ਨੂੰ ਸੋਧੇ ਲਾਏ ਜਾਣ। ਹੁਣ ਐਸੇ ਫੈਸਲੇ ਲੈਣਾ ਇਹ ਕੌਮ ਦੇ ਜਥੇਦਾਰਾਂ ਦੀ ਚੜ੍ਹਦੀ ਕਲਾ ਦਰਸਾਉਂਦੇ ਨੇ, ਕਿਉਂਕਿ ਕੌਮ ਦੇ ਜਥੇਦਾਰਾਂ ਦੀ ਪਿਆਰਿਓ, ਕੌਮ ਦੇ ਆਗੂਆਂ ਦੀ ਚੰਗੀ ਸੂਝ ਸਿਆਣਪ ਹੀ ਕੌਮ ਦਾ ਭਵਿੱਖ ਜਿਹੜਾ ਉਹ ਚੰਗਾ ਸਿਰਜ ਸਕਦੀ ਹੈ। ਹੁਣ ਦੇਖਿਓ
कौम दे आगुआं ने इकट्ठ बुलाया सी, इकट्ठ बुलाया ते कौम दी जवानी नूं उन्हां ने निराश नहीं कीता। जिन्नी भी कौम इकट्ठी होई ऐसे चढ़दी कला वाले फैसले लैके उस उत्ते पहरा देण लग पई। पर तुसी देखो तुहाडे देखण दे विच, मैं अपनी जिंदगी दे विच भी कई बार बहुत वड्डा कौम दा इकट्ठ देखिया प्यारे, एक दो बार सरबत खालसे देखण दा मौका मिलिया। पर जदों भी कौम दे लीडरां ने अज सानूं आवाज मारी प्यारे, कौम ने कदे घट नहीं कीती, रिकॉर्ड तोड़ इकट्ठ साडी कौम ने कीता। पर प्यारे जदों सरबत खालसे इकट्ठे होए जां वड्डे इकट्ठ होए, उस वक्त की होया कि कौम दे बकाऊ ते खुद गर्ज लीडरां सदके कौम दे पल्ले केवल ते केवल निराशा जां खज्जल खुवारी पई है। इस तों बिना कुछ होर नहीं हो सकिया। हुण देखो प्यारे, अज जेकर वड्डे वड्डे इकट्ठ करने ते ओदा सिट्टा कोई ना निकलना, ये कौम दी निराशता ही है। माड़े जेड़े साडे लीडर ने उन्हां दी ऐसी माड़ी सोच सदका है, उन्हां दी खुदगर्जी करके। हुण जेकर अज वड्डे वड्डे इकट्ठ हुंदे ने ते कौम दी चढ़दी कला वास्ते कैसे फैसले लेने चाहीदे है। प्यारिओ एक यहूदियां दे इतिहास दे विचों मैं तुहाडे नाल उदाहरण सांझी करदा हां। सिख कौम वांग यहूदी कौम भी एक बहुत छोटी घट गिणती कौम है प्यारिओ। उन्हां ने बड़ी तरक्की कीती जो कि समें दे हुक्मरान जो कि जर्मन डिक्टेटर सी हिटलर, ओदियां अखां दे विच यहूदी रड़के, उन्हां दी तरक्की यहूदियां दी हिटलर दियां अखां विच रड़की। उन्हें प्यारे अपना निशाना यह बना लिया कि मैं यहूदियां नूं खत्म कर देंगा, इन्हां दा सर्वनाश कर देंगा, इन्हां दा कोई भी बंदा कोई भी बच्चा कोई भी बजुर्ग मैं धरती दे उत्ते जिउंदा नहीं रहण देना। हुण अपने इस निशाने अनुसार उन्हें प्यारे यहूदियां दे उत्ते बड़े जुल्म कीते। उन्हें एक एक चैंबर दे विच कई कई यहूदी इकट्ठे करके विच गैस छड के और यहूदियां नूं जिउंदियां अग ला के साड़िया। प्यारे एक दिन नहीं, ये महीना नहीं, हफ्ता नहीं, कई महीने ये दिल दहलाउण वाली ते रोंगटे खड़े करन वाली जुल्म दी प्रक्रिया चलदी रही। उन्हें यहूदियां नूं खत्म करन दा अपना पूरा जोर लगा लिया ते अपने वल्लों उन्हें यहूदियां नूं खत्म भी कर दिता। हुण प्यारिओ अपने वल्लों तां हिटलर ने यहूदी खत्म कर दिते सन, पर कुछ जिहड़े के देशां विदेशां विच जाके जां इधर उधर लिख छिप के यहूदी बचे, उन्हां सारिआं ने इकट्ठे हो के अपने देश की सरजमीन दे उते अपनी कौम का एक इकट्ठ बुलाया जिदे विच सारी यहूदी कौम जिहड़ी बची सी उन्हां ने शिरकत कीती। ते हुण प्यारिओ उन्हां ने कई दिन जो उन्हां दा सर्वनाश करन दा निशाना बना के ये उन्हां दा नुकसान कीता गया सी, उन्हां उत्ते जुल्म होया सी, कई दिन उन्हां ने इसे गल उत्ते विचार चर्चा कीती। अखीर ओह सारे जणे एक सिट्टे दे उत्ते आए। ओह सिट्टा की सी? उन्हां दे सियाणे आगुआं ने आखिया कि आपां घट गिणती दे विच आ ते आपां वध गिणती वालियां दे नाल इस तरह घट गिणती दे विच शरीरिक साधना नाल टक्कर नहीं लै सकते। जेकर आपां अपनी होंद नूं बरकरार रखणा है ਤਾਂ ਆਪਾਂ ਨੂੰ ਆਪਣੀ ਹਰੇਕ ਕੌਮ ਦੇ ਹਰ ਇੱਕ ਬੰਦੇ ਨੂੰ ਆਪਾਂ ਨੂੰ ਕੁਆਲਿਟੀ ਦਾ ਬੰਦਾ ਬਣਾ ਕੇ ਸੰਸਾਰ ਦੇ ਸਾਹਮਣੇ ਪੇਸ਼ ਕਰਨਾ ਪਵੇਗਾ, ਕੁਆਲਿਟੀ ਦਾ ਬੰਦਾ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਪਵੇਗਾ। ਉਹਨਾਂ ਨੇ ਪਿਆਰਿਓ ਇੱਕ ਫਿਰ ਨਾਰਾ ਮਾਰਿਆ, ਉਹ ਨਾਰਾ ਕੀ ਸੀ? ਮਿਨੋਰਟੀ ਕੈਨ ਨੋਟ ਸਰਵਾਈਵ ਵਿਦਆਊਟ ਕੁਆਲਿਟੀ, ਕਿ ਘੱਟ ਗਿਣਤੀ ਕੌਮਾਂ ਜਿਹੜੀਆਂ ਨੇ ਉਹ ਕੁਆਲਿਟੀ ਬਣੇ ਤੋਂ ਬਿਨਾਂ ਕਦੇ ਵੀ ਦੁਨੀਆ ਦੇ ਉੱਤੇ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੀਆਂ। ਹੁਣ ਇਸ ਨਾਰੇ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਪਿਆਰਿਓ ਸਭ ਤੋਂ ਪਹਿਲਾਂ ਕੌਮ ਨੂੰ ਕੁਆਲਿਟੀ ਬਣਾਉਣ ਵਾਸਤੇ ਉਹਨਾਂ ਨੇ ਕੌਮ ਦਾ ਦਿਮਾਗ ਚੁਣਿਆ। ਹੁਣ ਦਿਮਾਗ ਜਿਹੜਾ ਇਹ ਪਿਆਰਿਓ ਵਿਦਿਆ ਤੋਂ ਬਿਨਾਂ ਕੇਵਲ ਤੇ ਕੇਵਲ ਬੰਦੇ ਦੇ ਸਰੀਰ ਉੱਤੇ ਬੋਝ ਹੈ। ਹੁਣ ਕੌਮ ਨੂੰ ਉੱਚੀ ਵਿਦਿਆ ਦਿਵਾਉਣ ਵਾਸਤੇ ਉਹਨਾਂ ਨੇ ਇੱਕ ਸਾਂਝਾ ਕੌਮੀ ਫੰਡ ਤਿਆਰ ਕੀਤਾ ਔਰ ਇਹ ਫੰਡ ਤਿਆਰ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਹਰ ਬੰਦਾ ਹਰ ਯਹੂਦੀ ਬੱਚਾ ਜਿਹੜਾ ਉਹ ਉੱਚ ਪਾਏ ਦੀ ਵਿਦਿਆ ਪ੍ਰਾਪਤ ਕਰੇ, ਜਿਸ ਖੇਤਰ ਦੇ ਵਿੱਚ ਵੀ ਉਹ ਪੜ੍ਹਨਾ ਚਾਹੁੰਦਾ ਹੈ ਨਾ ਉਹ ਮਨ ਲਾ ਕੇ ਪੜ੍ਹਾਈ ਕਰੇ। ਜੇਕਰ ਉਹਦੀ ਪੜ੍ਹਾਈ ਦੇ ਵਿੱਚ ਮਾਇਆ ਦਾ ਖਰਚਾ ਅਰਚਣ ਬਣਦਾ ਹੈ ਤਾਂ ਕੌਮੀ ਇਕੱਠੇ ਕੀਤੇ ਫੰਡ ਦੇ ਵਿੱਚੋਂ ਸਾਰੀ ਕੌਮ ਉਸ ਦੀ ਮਦਦ ਕਰੇਗੀ। ਬਸ ਹੁਣ ਸ਼ਰਤ ਇਹ ਹੈ ਕਿ ਉਹ ਮਨ ਲਗਾ ਕੇ ਪੜ੍ਹੇ ਤੇ ਜਦੋਂ ਉਹ
पढ़ाई करके अपने पैरां ते खड़ा हो जावे, जदों कमाई करन लग पवे ते अपना फर्ज समझ के इस इकट्ठे कीते कौमी फंड दे विच कुछ ना कुछ अपना योगदान पावे। हुण प्यारे उन्होंने फैसला कीता ते इस उत्ते कम करना शुरू कर दिता। हुण इस तरह इस पैरे दे उत्ते, इस नारे दे उत्ते उन्होंने पैरा दिंदिया होया प्यारे अज दुनिया दे उत्ते इन्नी क तरक्की कीती, अज हरेक देश दा लगभग हर एक दुनिया दे मुल्क दा जिहड़ा अर्थचारा इकोनमी है उहदे उत्ते यहूदियां दा कब्जा है। अज हरेक यहूदी उच्च पाए दा पढ़िया लिखिया मिल जांदा है। पूरे वर्ल्ड दे विच प्यारो जिन्ने टॉप दे डॉक्टर ने, जिन्ने टॉप दे इंजीनियर है, जिन्ने टॉप दे साइंटिस्ट है, इह सारे दे सारे यहूदियां दे विचों बहुते पाए जांदे है। प्यारो इसे तरह उन्होंने सारे व्यापार दुनिया दा जिहड़ा है उह भी यहूदियां ने अपने कब्जे दे विच कीता होया है। इत्थे बस नहीं, हरेक देश दे विच सरकार जिहड़ी आ उह यहूदियां दे इशारे उत्ते बणदी है ते इशारे ते चलदी है। हुण ऐसी उन्होंने तरक्की दुनिया दे उत्ते कीती, उन्हां दा एक बार नुकसान होया सी, उन्होंने प्यारो सही फैसला लिया उन्हां दे लीडरां ने ते प्यारो कौम नूं कैसी चढ़दी कला दे विच लै गए। अज घट गिणती होण दे बावजूद भी उह दुनिया दे उत्ते राज पए करदे ने। पर मैं विचार करके देखदा कि साडा नुकसान किन्नी बारी होया, किन्नी बार अपने देखण दे विच अपने अखां दे सामने कौम दा वड्डा इकट्ठ होया। प्यारो कदे कौम ने ढिल नहीं कीती वड्डा इकट्ठ करन तों, पर साडे लीडरां ने सानू कोई भी सेध वड्डे इकट्ठ दे विच नहीं दित्ती। अज चाहीदा ते सी कि कौम नूं विद्यक पक्खों उच्चे चक्कण वास्ते साडी कौम दे लीडर कोई सेध लैंदे। जां प्यार वालिओ अज असीं दूजिआं मुल्कां दे विच जा के ते बड़ा कुछ कर रहे हां, पर जेकर साडे घर दे विच अपने भुखमरी है तां आपां दूजिआं नूं रजाया साडा की करेगा। जेकर साडे नौम ते नौजवान प्यारिओ भुख कारण, गरीबी कारण सिक्खी दे नालों टुट के दूजे धर्मां दे विच शामिल हुंदे जा रहे ने, फिर साडा किसी दूसरे दे मुंह दे विच पाई रोटी नूं की करेगा जे साडे भरा भुखे रह गए। खैर गुरु दाता कृपा करे, महाराज सच्चे पातशाह मेहर करन, मैं इस गल दा विरोधी नहीं कि किसी दूसरे दे मुंह दे विच पाउणा नहीं चाहीदा, पर प्यारिओ पहिलां आपणे भरावां नूं रजाउणा चाहीदा, अपनी कौम नूं रजाउणा चाहीदा है, फिर दूजिआं दे मुंह दे विच पाउणा चाहीदा। खैर गुरु दाता कृपा करे, अज दे लीडरां दी माड़ी सोच सदका साडी कौम अज ऐसी निराशता जीवन जिहड़ा बशर कर रही है। पर 18वीं सदी दे विच जिहड़े साडे लीडर सन कर्मां वाले ओह ऐसे नहीं सी जैसे अज ने। उन्हां दी चढ़दी कला सदका, उन्हां दी चंगी सोच सियाणप सदका लगभग एक सदी कीती घालणा सदका प्यारो साडी कौम ने बाद विच राज भाग माणिया सी। राज भाग दी साडी कौम जिहड़ी है ओह मालिक बणी सी। खैर गुरु दाता कृपा करे, अज कौम दा इकट्ठ अमृतसर साहिब दी पावन धरती ते इकत्र होया। प्यारो कौम दे जथेदारा ने, आगू साहबाना ने प्यारो कौम दी चढ़दी कला वास्ते ते भाई तारा सिंह वान दी शहादत दा बदला लैण वास्ते सरकार प्रति तीन फैसले लए ने। सब तो पहला सरकार दे खजाने लुटे जाण, दूजा घोड़े ते हथियार खोए जाण, और इहदे नाल नाल सरकारी मुखबरां नूं टौकटां नूं सोधिया जावे। हुण प्यारो इह फैसले लै के इस उत्ते कम करना शुरू कर दित्ता है साडी कौम दे जोधे ने। पर इह फैसले कम करदियां छोटे छोटे जथे बना के गुरीला जंगा करके जिस तरह समय की हुकूमत नूं वक्त पाया, ढाडी जथा आप संगत की सेवा विच इउं बेनती करदा है।
खान जकरिए दी रातां दी ओना नींद उड़ाती है खान जकरिए दी रातां दी ओना नींद उड़ाती कर हल्ले खान सिया मुगला दी सरकार हिला दी कर हल्ले खान सिया मुगला दी सरकार हिला दी गुरु के सिंघां ने प्यार वाले हुण छोटे छोटे जत्थे बना ले ने
ਇਹਨਾਂ ਦੇ ਵਿੱਚ ਮੁੱਖ ਭੂਮਿਕਾ ਜਿਹੜੀ ਹੈ ਉਹ ਸਰਦਾਰ ਕਪੂਰ ਸਿੰਘ ਨਿਭਾਉਣ ਲੱਗਾ ਹੈ। ਕੁਝ ਸੂਹੀਆਂ ਦੀ ਡਿਊਟੀ ਲਗਾਈ ਹੈ ਸਿਆਣੇ ਸਿੱਖਾਂ ਦੀ ਕਿ ਤੁਸਾਂ ਨੇ ਸੂਹ ਲੈ ਕੇ ਆਉਣੀ ਹੈ ਕਿ ਜਦੋਂ ਵੀ ਕਿਸੇ ਇਲਾਕੇ ਦਾ ਉਗਰਾਇਆ ਹੋਇਆ ਮਾਮਲਾ ਜਿਹੜਾ ਹੈ ਉਹ ਕਿਸੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਵਾਸਤੇ ਜਾ ਰਿਹਾ ਹੈ ਤੇ ਆਪਣੇ ਰਸਤੇ ਦੇ ਵਿੱਚ ਹਮਲੇ ਕਰਕੇ ਉਹਨਾਂ ਦੇ ਉੱਤੇ ਹਮਲੇ ਕਰਕੇ ਉਹ ਖਜ਼ਾਨਾ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈਣਾ ਹੈ ਸਰਕਾਰੀ ਅਸਲੇ ਖਾਨਿਆਂ ਦੇ ਉੱਤੇ ਆਪਾਂ ਹੱਲੇ ਕਰਕੇ ਜਿਹੜੇ ਹਥਿਆਰ ਨੇ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਉਣੇ ਨੇ ਘੋੜੇ ਲੁੱਟਣੇ ਨੇ। ਹੁਣ ਪਿਆਰੋ ਇਸ ਗੱਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸੂਹੀਏ ਜਾਂਦੇ ਨੇ ਸੂਹਾਂ ਲੈ ਕੇ ਆਉਂਦੇ ਨੇ। ਇੱਕ ਦਿਨ ਗੁਰੂ ਕੇ ਖਾਲਸੇ ਨੂੰ ਆ ਕੇ ਸੂਹ ਮਿਲੀ ਹੈ ਕਿ ਲਾਹੌਰ ਦੇ ਨੇੜੇ ਖੁੱਡੀਆਂ ਪਰਗਣੇ ਦੇ ਵਿੱਚ ਇਸ ਵਕਤ ਜਿਹੜਾ ਮੁਲਤਾਨ ਦੇ ਇਲਾਕੇ ਦਾ 5 ਲੱਖ ਰੁਪਈਆ ਇਕੱਠਾ ਕੀਤਾ ਹੋਇਆ ਮਾਲੀਆ ਉਹ ਲਗਭਗ ਇੱਕ ਅੱਧੇ ਦਿਨ ਤੱਕ ਪਹੁੰਚ ਜਾਣਾ। ਗੁਰੂ ਕੇ ਸਿੰਘਾਂ ਨੇ ਪਿਆਰਿਓ ਪਾਲੀਆਂ ਘੋੜਿਆਂ ਦੇ ਉੱਤੇ ਕਾਠੀਆਂ ਛੱਡ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਜਾ ਪਹੁੰਚੇ ਨੇ। ਉਸ ਖਜ਼ਾਨੇ ਦੀ ਉਡੀਕ ਕਰਨ ਲੱਗੇ ਨੇ। ਜਿਵੇਂ ਹੀ ਸ਼ਾਹੀ ਕਰਮਚਾਰੀ ਇਹ ਖਜ਼ਾਨਾ ਲੈ ਕੇ ਖੁੱਡੀਆਂ ਪਰਗਣੇ ਦੇ ਵਿੱਚ ਦਾਖਲ ਹੋਏ ਗੁਰੂ ਕੇ ਸਿੰਘਾਂ ਨੇ ਪਿਆਰਿਓ ਉਸ ਵੇਲੇ ਕਰਤਾਰ ਸਿਮਰ ਕੇ ਉਹਨਾਂ ਦੇ ਉੱਤੇ ਹੱਲੇ ਕਰ ਦਿੱਤੇ। 5 ਲੱਖ ਰੁਪਈਆ ਖਜ਼ਾਨਾ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਪਿਆਰਿਓ ਨਾਲ ਹੀ ਉਹ ਸ਼ਾਹੀ ਫੌਜ ਦੇ ਜਿਹੜੇ ਹਥਿਆਰ ਔਰ ਘੋੜੇ ਖੋ ਕੇ ਜਿੱਧਰੋਂ ਆਏ ਸੀ ਉਧਰ ਨੂੰ ਮਿੱਥੇ ਥਾਂ ਦੇ ਉੱਤੇ ਜਾ ਕੇ ਉਹਨਾਂ ਨੇ ਆਪਣਾ ਟਿਕਾਣਾ ਕਰ ਲਿਆ। ਇਹ ਸਿੰਘਾਂ ਦਾ ਪਹਿਲਾ ਐਕਸ਼ਨ ਹੈ ਜਿਸ ਨੂੰ ਪਿਆਰ ਵਾਲੇ ਦੇਖਦਿਆਂ ਹੋਇਆਂ ਸ਼ਾਹੀ ਮਹਿਲਾਂ ਵਿੱਚ ਬੈਠੇ ਹੋਏ ਜਿਹੜੇ ਹਾਕਮ ਨੇ ਉਹਨਾਂ ਨੂੰ ਕੰਬਣੀ ਛਿੜ ਗਈ। ਉਹਨਾਂ ਨੇ ਪਿਆਰ ਵਾਲਿਓ ਇਹ ਸੋਚਣਾ ਵਿਚਾਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੇ ਸਮਝਦੇ ਕਿਸੀ ਕਿ ਤਾਰਾ ਸਿੰਘ ਵਾਹ ਨੂੰ ਸ਼ਹੀਦ ਕਰਕੇ ਹੁਣ ਸਿੱਖ ਕੌਮ ਜਿਹੜੀ ਹੈ ਉਹਦੇ ਵਿੱਚ ਦਹਿਲ ਪੈਦਾ ਕਰ ਦਿਆਂਗੇ, ਉਹਨਾਂ ਦੇ ਵਿੱਚ ਡਰ ਪੈਦਾ ਕਰ ਦਿਆਂਗੇ। ਪਰ ਸਿੰਘਾਂ ਦੇ ਇਸ ਪ੍ਰਤੀਕਰਮ ਨੇ ਇੱਕ ਵਾਰ ਸਰਕਾਰ ਨੂੰ ਤੇ ਸਰਕਾਰੀ ਹਾਕਮਾਂ ਨੂੰ ਪਿਆਰੇ ਸੋਚਾਂ ਦੇ ਵਿੱਚ ਪਾ ਦਿੱਤਾ। ਹੁਣ ਅਜੇ ਸੋਚ ਵਿਚਾਰ ਕਰ ਹੀ ਰਹੇ ਸਨ ਕਿ ਉਹ ਕਿਵੇਂ ਗਿਆ। ਇੰਨੇ ਚਿਰ ਨੂੰ ਸਿੰਘਾਂ ਨੇ ਦੂਜਾ ਐਕਸ਼ਨ ਕਰ ਦਿੱਤਾ। ਪਤਾ ਲੱਗਾ ਕਿ ਕਸੂਰ ਸ਼ਹਿਰ ਦਾ ਉਗਰਾਇਆ ਹੋਇਆ 1 ਲੱਖ ਦਾ ਮਾਮਲਾ ਇਸ ਵਕਤ ਜਿਹੜਾ ਹੈ ਉਹ ਕਾਨੇ ਕਾਸ਼ੇ ਪਿੰਡ ਦੇ ਵਿੱਚ ਲਾਹੌਰ ਦੇ ਨੇੜੇ ਆ ਪਹੁੰਚਾ ਹੈ। ਸਿੰਘਾਂ ਨੇ ਪਿਆਰੇ ਹਮਲੇ ਕਰਕੇ ਉਹ 1 ਲੱਖ ਰੁਪਈਆ ਤੇ ਹਥਿਆਰ ਘੋੜੇ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਤੀਜਾ ਹੱਥ ਸਿੰਘਾਂ ਨੇ ਪਿਆਰੇ ਉਸ ਵੇਲੇ ਮੁਰਤਜ਼ਾ ਖਾਂ ਉਚਕ ਜਈ ਜਿਹੜਾ ਇੱਕ ਪਿਆਰ ਵਾਲਿਓ ਬਹੁਤ ਤਕੜਾ ਘੋੜਿਆਂ ਦਾ ਵਪਾਰੀ ਹੈ ਔਰ ਇਹ ਅਰਬ ਇਰਾਨ ਦੇ ਵਿੱਚੋਂ ਘੋੜੇ ਖਰੀਦ ਕੇ ਲਿਆਉਂਦਾ ਹੈ, ਨਾਲ ਬਹੁਤ ਵਧੀਆ ਹਥਿਆਰ ਸ਼ਸਤਰ ਲੈ ਕੇ ਆਉਂਦਾ ਹੈ ਤੇ ਲਾਹੌਰ ਸਰਕਾਰ ਨੂੰ ਆ ਕੇ ਇਹ ਵੇਚਦਾ ਹੈ ਆਪ ਮੁਨਾਫਾ ਰੱਖ ਕੇ। ਤੇ ਸਰਕਾਰੀ ਬੰਦਾ ਹੋਣ ਕਰਕੇ ਚੰਗਾ ਸਰੀਰ ਦਾ ਤਕੜਾ ਹੋਣ ਕਰਕੇ ਕਈ ਵਾਰ ਸਿੰਘਾਂ ਦੇ ਵਿਰੁੱਧ ਮੁਹਿੰਮਾਂ ਦੇ ਵਿੱਚ ਵੀ ਇਹਨੂੰ ਜਾਣ ਵਾਸਤੇ ਮੁਗਲ ਸਰਕਾਰ ਡਿਊਟੀ ਲਾਉਂਦੀ ਰਹੀ ਹੈ। ਤੇ ਭਾਈ ਤਾਰਾ ਸਿੰਘ ਉੱਤੇ ਜਿਹੜੀ 2200 ਫੌਜ ਚੜ ਕੇ ਗਈ ਸੀ ਨਾ, ਉਸ ਫੌਜ ਦੇ ਵਿੱਚ ਇਹ ਮੁਰਤਜ਼ਾ ਖਾਂ ਉਚਕ ਜਈ ਵੀ ਉਚੇਚੇ ਤੌਰ ਤੇ ਹਿੱਸਾ ਲੈਂਦਾ, ਉੱਥੋਂ ਜਾਨ ਬਚਾ ਕੇ ਭੱਜ ਆਇਆ। ਪਰ ਅੱਜ ਸਿੰਘਾਂ ਦੇ ਕਾਬੂ ਆ ਗਿਆ ਪਿਆਰ ਵਾਲਿਓ ਜੰਡਿਆਲੇ ਪਿੰਡ ਦੇ ਲਾਗੇ। ਜੰਡਿਆਲਾ ਪਿੰਡ ਗੁਰੂ ਜਿਹਨੂੰ ਜੰਡਿਆਲਾ ਗੁਰੂ ਕਾ ਕਿਹਾ ਜਾਂਦਾ ਹੈ, ਉਸ ਜੰਡਿਆਲੇ ਲਾਗੇ ਸਿੰਘਾਂ ਨੇ ਪਿਆਰੇ ਹਮਲਾ ਕਰ ਲਿਆ। 100 ਦੇ ਕਰੀਬ ਇਹਦੇ ਕੋਲ ਅਰਬੀ ਨਸਲ ਦੇ ਘੋੜੇ ਸਨ, ਬਹੁਤ ਵੱਡਾ ਸ਼ਸਤਰਾਂ ਦਾ ਜ਼ਖੀਰਾ ਸੀ। ਸਿੰਘਾਂ ਨੇ ਪਿਆਰਿਓ ਇਸ ਉਚਕ ਜਈ ਮੁਰਤਜ਼ਾ ਖਾਨ ਨੂੰ ਖਤਮ ਕਰਕੇ ਘੋੜੇ ਤੇ ਹਥਿਆਰ ਆਪਣੇ ਕਬਜ਼ੇ ਵਿੱਚ ਲੈ ਲਏ ਔਰ ਆਪਣੇ ਮਿੱਥੇ ਹੋਏ ਸਥਾਨ ਉੱਤੇ ਆ ਇਕੱਤਰ ਹੋਏ। ਇਸ ਤੋਂ ਬਾਅਦ ਵਿੱਚ ਪਿਆਰਿਓ ਚੌਥਾ ਹਮਲਾ ਗੁਰੂ ਕੇ ਸਿੰਘਾਂ ਨੇ ਦਰਿਆ ਬਿਆਸਾ ਨੂੰ ਪਾਰ ਕਰਦਿਆਂ ਹੋਇਆਂ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਜਿਹੜਾ ਮੁਹੰਮਦ ਸ਼ਾਹ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਹੈ ਨਾ ਮੁਹੰਮਦ ਸ਼ਾਹ ਰੰਗੀਲਾ, ਉਹਦਾ ਸਕਾ ਸਾਲਾ ਸੀ ਜਿਹਦਾ ਨਾਮ ਹੈ ਜਾਫਰਦੀਨ। ਪਿਆਰੋ ਇਹਨੂੰ 10,000 ਦਾ ਖਿਤਾਬ ਮੁਗਲ ਦਰਬਾਰ ਦੇ ਵਿੱਚ ਮਿਲਿਆ ਹੋਇਆ ਸੀ। ਇਹ ਆਪਣੇ ਪਰਿਵਾਰ ਸਮੇਤ ਪਿਆਰੋ ਲੱਖਾਂ ਰੁਪਈਆਂ ਦਾ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਲੈ ਕੇ ਇਹ ਦਿੱਲੀ ਨੂੰ ਜਾ ਰਿਹਾ ਸੀ। ਸਿੰਘਾਂ ਨੇ ਹਮਲਾ ਕਰਕੇ ਉਹ ਸਾਰੇ ਦਾ ਸਾਰਾ ਖਜ਼ਾਨਾ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਉਸ ਜਾਸਰਦੀਨ ਨੂੰ ਵੀ ਬਹੁਤ ਸਾਰੀ ਪਿਆਰ ਵਾਲਿਓ ਕੁੱਟ ਮਾਰ ਕਰਕੇ ਇਹਨੂੰ ਭਜਾ ਦਿੱਤਾ। ਹੁਣ ਸਿੰਘਾਂ ਦੇ ਇਹਨਾਂ ਐਕਸ਼ਨਾਂ ਕਰਕੇ ਇੱਕ ਵਾਰ ਮੁਗਲ ਸ਼ਾਹੀ ਜਿਹੜੀ ਆ ਉਹ ਹਿੱਲ ਗਈ। ਪਿਆਰਿਓ ਮਹਿਲਾਂ ਦੇ ਵਿੱਚ ਪਏ ਹੋਏ ਹਾਕਮਾਂ ਨੂੰ ਹੁਣ ਨੀਂਦ ਜਿਹੜੀ ਆ ਉਹਨਾਂ ਦੀ ਹਰਾਮ ਹੋ ਗਈ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਹੁਣ ਉਹ ਡਰਦੇ ਨੇ ਕਿ ਕਿਤੇ ਸਿੰਘ ਮਹਿਲਾਂ ਦੇ ਉੱਤੇ ਕਬਜ਼ਾ ਨਾ ਕਰ ਦੇਣ। ਜ਼ਕਰੀਆ ਖਾਨ ਪਿਆਰਿਓ ਸਿੰਘਾਂ ਦੇ ਇਹਨਾਂ ਐਕਸ਼ਨਾਂ ਤੋਂ ਬੜਾ ਤੰਗ ਆ ਚੁੱਕਾ ਹੈ। ਹੁਣ ਇਹ ਜਿਹੜੇ ਸਾਰੇ ਐਕਸ਼ਨ ਨੇ ਇਹਨਾਂ ਦੇ ਵਿੱਚ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਭੂਮਿਕਾ ਨਿਭਾਈ ਹੈ ਪਿਆਰਿਓ, ਜਿਹੜਾ ਅੱਜ ਦੇ ਇਸ ਪ੍ਰਸੰਗ ਜਿਹੜਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਕਹਿਣਾ ਸ਼ੁਰੂ ਕੀਤਾ ਹੈ, ਇਸ
प्रसंग का जिहड़ा मुख नायक है सरदार कपूर सिंह, उस सरदार कपूर सिंह ने यह मुख्य भूमिका निभाई है। पर ऐसे एक्शन करते हुए सरकार के विरुद्ध भी गुरु के सिंह ने अपना किरदार नहीं छड्डिया। हुण सिंह प्यारियो कैसे किरदार के उच्चे ने, पता लगा कि श्री हरगोबिंदपुर जिथे प्यारियो छेवें पातशाह ने अपने जीवन की जूझी जंग लड़ी है, पता लग्या भी इत्थे एक खजाना आ रहा है। ये खजाने के विच सियाल दी रुत्त विच कम आउण वाले कंबल, गर्म शौलां, लोईयां इत्यादिक जिन्ने भी गर्म कपड़े ने वह दिल्ली नूं जा रहे ने, ते नाल छकण वास्ते गर्म पदार्थ जिहड़े ने वह दिल्ली की धरती के उत्ते कोई व्यापारी वेचण वास्ते जा रहा है। हुण प्यारियो सिंघां ने कब्जा करके ये भी जिहड़ा ने समान सी ये लुट लिया, हमला करके हुण सिंघां दे कब्जे दे विच सारा समान आ गया। हुण गुरु के खालसे नूं प्यार वाले देखो, ठंड का मौसम है, सिंघां दे तन दे उत्ते कशहरियां तों बिना कईयां दे कपड़े पाउण वास्ते भी नहीं है, पर सिंघां दा किरदार देखो प्यारो, लुटिया होया खजाना लुट के लै के आए सन, पर पता लगा कि यह खजाना जिहड़ा ये ते लाला प्रताप चंद सियालकोटी जो कि बड़ा उच्च पाए दा व्यापारी है, बड़ा उहदा व्यापार दा कम है, ये दिल्ली की धरती ते मुगल सरकार नूं वेचण वास्ते जा रहा सी, पर अजे उहनूं इस खजाने के पैसे नहीं मिले। जे असीं ये खजाना अपने कब्जे विच कर लिया तां उस लाला प्रताप चंद नूं बड़ा घाटा पै जाएगा। हुण प्यारो देखो, ठंड के मौसम विच तन तो नंगे होण करके भी प्यारियो वस्त्रां तो बिना होण करके भी गुरु के खालसे ने किसी एक कठ दे विचों कोई एक शौल, कोई एक कंबल जां कोई एक दुशाला चक के अपने तन ढकण वास्ते नहीं लिया। सारे का सारा खजाना जिहड़ा सी ना ओ प्यारियो, सारे का सारा समान लाला प्रताप चंद सियालकोटी का पता करके ओदे घर गुरु के खालसा छड के आया। एक किरदार भी गुरु के सिखा ने निभाया। हुण लाला प्रताप चंद जदो उन्हें सिंघां दा एक किरदार देखिया ना सर संगत, ओदियां अखां दे विच हंझू आ गए, कहण लगा ओ गुरु के खालसियो, तुसी ते धन हो, सरकार तुहानू डाकू कहिंदी है, पर मेरी समझ विच नहीं आउंदा कि मैं तुहानू डाकू कहां, लुटेरे कहां, जां कोई उस परमात्मा दे भेजे हुए फरिश्ते कहां। सो प्यारो, ऐसा किरदार गुरु के सिंघां ने इस समय दे विच भी निभाया है। हुण प्यारो, सिंघां दे एक्शनां दे नाल एक बार मुगल सरकार हिल गई। हुण जकरिया खान जिहड़ा प्यारे होर बड़े बीले वसीले वरत के देखे, पर सिंह काबू नहीं आए। हुण उहने सिंघां दे सिरां दे इनाम रख दिते कि जिहड़ा सिंह दी दस पावे 10 रुपए इनाम, जिहड़ा सिंह नूं पकड़ावे गिरफ्तार करावे उहनूं 25 रुपए इनाम, जिहड़ा सिंह दा सिर वट के लियावे उहनूं 80 रुपए इनाम, जिहड़ा इस दे उल्ट सिंघां नूं प्रशादा छकावे, अपने घर दे विच रहायश देवे, उहदे वास्ते बड़ी सख्ती दे नाल सरकार पेश आवेगी। उहनां दे नाल भी सिंघां वाला जिहड़ा तशद्दुद है वह किया जाएगा। लो जी, हुण सिंघां दे सिर जो कि प्यारियो घरां दे विच किरती सिंह सन ना, क्योंकि जिहड़े खाड़कू सिंह है जिहड़े अपनी होंद की लड़ाई लड़ रहे ने, वह तो जंगलों पहाड़ों के विच शंभां दे विच रह के पहला ही गुजारा कर रहे ने। हुण जिहड़े घरां दे विच अपनी किरत करके अपने परिवार पालते ने, कदे किसी नूं उन्होंने माड़ा चंगा नहीं किया। प्यारियो, इनामां दे लालची लोगों ने उन्हां सिंघां दे सिर वट वट के लाहौर की धरती के उत्ते लैके गए, और लाहौर के नवाब जकरिया खान के कोलों उन्होंने इनाम प्राप्त किए हैं। हुण देखो, जकरिया खान ते कहिंदा सी कि इस काम दे नाल सिंघां दा नुकसान होवेगा, वह एक्शन करनो बंद कर देणगे, पर प्यारे हुण सिंघां दा नुकसान ते हो ही रहा सी, पर इहदे नाल सरकार नूं भी बड़ा घाटा पै गया। सरकार नूं भी प्यार वालिओ, सरकार दी हालत जिहड़ी उह भी बड़ी तरसजोग हो गई, क्योंकि जिहड़ा खजाना जिहड़ा इलाकियां दा उगराया होया टैक्स जां मालिया ਉਹ ਉਗਰਾ ਕੇ ਕਰਮਚਾਰੀ ਲਿਆਉਂਦੇ ਸਨ, ਉੱਥੇ ਸਿੰਘ ਪਹਿਲਾਂ ਹੀ ਗਰੀਲੇ ਹਮਲੇ ਕਰਕੇ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਸੀ, ਖਜ਼ਾਨੇ ਤੱਕ ਪਹੁੰਚਣੀ ਨਹੀਂ ਸੀ ਦਿੰਦੇ। ਪਿਆਰਿਓ, ਇਸ ਦੇ ਨਾਲ ਹੀ ਜਿਹੜੇ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਸਨ ਜਕਰੀਆ ਖਾਨ ਖਜ਼ਾਨੇ ਦੇ ਵਿੱਚੋਂ, ਪਿਆਰਿਓ ਲੱਖਾਂ ਰੁਪਈਆ ਸਿੰਘਾਂ ਦੇ ਇਨਾਮਾਂ ਦੇ ਵਜੋਂ, ਸਿਰਾਂ ਦੇ ਇਨਾਮਾਂ ਵਜੋਂ ਵੰਡ ਚੁੱਕਿਆ ਸੀ। ਹੁਣ ਖਜ਼ਾਨਾ ਬਿਲਕੁਲ ਖਾਲੀ ਹੋ ਗਿਆ। ਹੁਣ ਜਕਰੀਆ ਖਾਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਜਿਵੇਂ ਪਿਆਰਿਓ ਕਿਸੇ ਸੱਪ ਦੇ ਮੂੰਹ ਦੇ ਵਿੱਚ ਘੋੜ ਕਿਰਲੀ ਆ ਜਾਵੇ, ਤੇ ਉਹ ਨਾ ਖਾਣ ਜੋਗਾ ਨਾ ਛੱਡਣ ਜੋਗਾ, ਜੇ ਖਾਂਦਾ ਹੈ ਤਾਂ ਘੋੜੀ, ਜੇ ਛੱਡਦਾ ਹੈ ਤਾਂ ਕਲੰਕੀ। ਹੁਣ ਇਹ ਸਮਝ ਨਹੀਂ ਆ ਰਹੀ ਵੀ ਜੇ ਮੈਂ ਸਿੰਘਾਂ ਦੇ ਉੱਤੋਂ ਆਪਣਾ ਦਬਦਬਾ ਹਟਾ ਲੈਂਦਾ
ता मेरा असर सुख कोई नहीं रहना। जे मैं नहीं छड़दा सिंघां नूं ते इसे तरह आजाद छड दिना ता फिर मेरा जिहड़ा दबदबा घट जाना है और सिंघ वधदे जाणगे। हुण किसे तरह भी इहनूं प्यार वाले सुरत नहीं है भी मैं की करां। पर इहदे शातर दिमाग ने एक चाल चली अपने सियाने जिहड़े कर्मचारियां दी एक बैठक ने बुलाई है उहदे विच इक विचार चर्चा छिड़ी भई सिंघां नूं हर हीला वसीला खत्म करन दा वरत के देख लिया पर गुरु के सिंह ते खत्म नहीं होए ओते सगो सानू वंगार वंगार के गल कहिंदे रहे ने ओए असी ओ अणियाले तीर हां जो कदे ना उके भई जालम दी हिक पार के लंघ जाईदा सुके। सच्ची गल ए चीमिया साडे ते ढुके सानू मारन वाले मुक गए पर असी ना मुके। एवें भरम है साडिया कातलां नू असी होवांगे दो जां चार लोको मार मार के भी कदे मुकनी नहीं इन्नी लम्मी है साडी कतार लोको। हुण सिंघ ते ऐसियां गल्लां जकरिया खान नू मखौलां करदे होए कह रहे ने। हुण जकरिया खान सोचदा है भई सख्ती दे नाल सिंघ काबू नहीं आउणे। इस वास्ते हुण इहने सरकार नू सुझा लिखिया दिल्ली दा बादशाह मुहम्मद शाह रंगीला उहदे वल इक चिट्ठी लिखदा कि सिंघां दे उत्ते जिन्हां ने इस देश दे विच बड़ा कदर मचाया होया सरकारी खजाने विच आउंदी होई माया रस्ते दे विच लुट के लै जांदे ने सरकार दा बड़ा नुकसान कर रहे ने सानू राज तक भाग कर नहीं दिंदे। इस वास्ते सिंघां दे कोलों किसे ना किसे तरह सानू जान बचाउणी चाहीदी है। अपनी जान किस तरह छडाई जावे जिवें इह चिट्ठी लिख के दिल्ली दे बादशाह मुहम्मद शाह रंगीले दे कोलों सुझा मंगदा है। ढाडी जत्था आप संगत दी सेवा विच इउं बेनती करदा जामा दित्तियां पर यो ना चुक दे
बारे इस जकरिया खान ने लिख के चिट्ठी दे विच दिल्ली दे बादशाह मोहम्मद शाह रंगीले वल ए चिट्ठी पा दित्ती है। इहदे विच उहने लिखिया के जनाब बादशाह लगभग 7 साल के करीब समा हो चुकिया है, सिंघा ने हमले कर करके साडा जिन्ना भी कीता इकट्ठा कीता होया टैक्स है वह अपने कब्जे दे विच लै के लुट के लै जांदे है और सरकारी खजाने दे विच एक रुपया भी जमा नहीं होण दिंदे, साडे हथियार घोड़े लुट के लै जांदे ने, साडी फौज दा बड़ा नुकसान कर जांदे आ। इत्थे बस नहीं, सरकार दे सेवादार जिहड़े चौधरी ने उन्हां नूं भी ओह चुण चुण के सौदे ला रहे ने। मैं हरेक हीला वरत के देख लिया, हरेक सख्ती करके देख लई, अपने समय दे विच मैं 19 तरह दीआं सजावां सिंघां दे उत्ते जुल्म करदिआं करके देख लईआं, इन्हां नूं 19 प्रकार दीआं सजावां दे के देख लईआं, पर इह ना रुकदे ने, ना झुकदे ने, ना मुकदे ने, ना दबदे ने, ना दबाए जांदे ने। इन्हां दा कोई ना कोई हीला सोचो, नहीं ते इह अज मैनूं पंजाब दे विच राज नहीं करन दिंदे। उह दिन दूर नहीं जिस दिन इन्हां ने दिल्ली दे विच आके भी इस तरह गुरीला जंगा करके जिहड़ा गदर मचा देना है। हुण प्यारिओ इह चिट्ठी लिख के जकरिया खान ने भेज दित्ती मोहम्मद शाह रंगीले दे वल। हुण मोहम्मद शाह रंगीला दिल्ली दा बादशाह चिट्ठी नूं पढ़दा है। प्यारो इहदा नाम रंगीला नहीं, इह सचमुच रंगीला इक सुभाअ दा मालक सी, क्योंकि बचपन दे विच इहनूं कुछ समां कैद दे विच रहना पिया। 7 साल इह कैद दे विच रहा, जिस कारण इह कोई बहुती उच्ची विद्या प्राप्त नहीं कर सकिया, ते हुण बहुता ना पढ़िया लिखिया है। हुण इहदा सुभाअ है बहुत सारी शराब पींदा है, बहुत सारी अफीम खांदा, ते सारा सारा दिन अपने महिलां दे विच बढ़िया रहिंदा है। ऐसे रंगीले सुभाअ दा इह मालक है। सच्ची गल तां इह है प्यारिओ कि मोहम्मद शाह रंगीला राज करन दे काबिल ही नहीं सी। हुण उहने प्यारिओ जदों जकरिया खान दी चिट्ठी नूं पढ़िया, पढ़ के चिट्ठी अपने कर्मचारियों के नाल अपने सलाहकारां दे नाल उन्हें सलाह की भी दसो किवें करना चाहिए। उन्हें कहा भी सब तो पहला सिंघां दी आपां नूं दर्शन करने चाहिए ने कि सिंघ किहो जिहे ने। हुण प्यारे उन्हें कहा भी सिंघां दे दर्शन करवाओ, जिहो जिहा बादशाह उहो जिहा उहदे सलाहकार। उन्होंने कहा असली सिंघ ते मिल नहीं सकते, आपां क्यों ना भंडां दे कोलों सिंघां दी नकल करवा के देख लईए। लो जी भंड सद ले गए, भंडां ने पढ़ी
प्यारे ढुकमे किरदार दे विच सिंघां दी नकल लगाई और ऐसा सिंघां दा किरदार पेश कीता कि किस तरह सिंघ किसी दूसरे दे उत्ते हुंदा जुल्म बर्दाश्त नहीं करदे ते अपणियां जानां ते खेड जांदे ने कि मैं लोकां दीआं धीआं भैणां दीआं इज्जतां बचाउंदे ने ते किवें ਉਹ ਪਿਆਰਿਓ ਹਰ ਇੱਕ ਲੋਭ ਲਾਲਚ ਤੋਂ ਜਿਹੜਾ ਉੱਪਰ ਉੱਠ ਕੇ ਆਪਣਾ ਜੀਵਨ ਬਸ਼ਰ ਕਰ ਰਹੇ ਤੇ ਗੁਰੂ ਦੇ ਨਾਲ ਕਿੰਨਾ ਪਿਆਰ ਕਰਦੇ ਹੈ ਇਹ ਸਾਰੀ ਨਕਲ ਭੰਡਾ ਨੇ ਪੜ੍ਹੇ ਢੁਕਵੇਂ ਤਰੀਕੇ ਦੇ ਨਾਲ ਕੀਤੀ ਹੁਣ ਭੰਡਾ ਦੇ ਕੋਲੋਂ ਸਿੰਘਾਂ ਦੀ ਨਕਲ ਦੇਖ ਕੇ ਜ਼ਕਰੀਆ ਖਾਨ ਉਹਦਾ ਮਨ ਜਿਹੜਾ ਹੈ ਪਿਆਰ ਵਾਲੇ ਉਹ ਮੁਹੰਮਦ ਸ਼ਾਹ ਰੰਗੀਲੇ ਦਾ ਬੜਾ ਪ੍ਰਭਾਵਿਤ ਹੋਇਆ ਔਰ ਹੁਣ ਉਹਨੇ ਸਾਰੀ ਕਿਰਦਾਰ ਨੂੰ ਦੇਖਦੇ ਹੋਇਆ ਸਿੰਘਾਂ ਦੇ ਨੂੰ ਇੱਕ ਪਿਆਰ ਵਾਲਿਓ ਵਿਚਾਰ ਬਣਾਈ ਹੈ ਤੇ ਦੁਬਾਰਾ ਮੋੜਵੀਂ ਚਿੱਠੀ ਜ਼ਕਰੀਆ ਖਾਨ ਦੇ ਵੱਲ ਭੇਜੀ ਹੈ ਉਸ ਚਿੱਠੀ ਦੇ ਵਿੱਚ ਉਹਨੇ ਲਿਖਿਆ ਕਿ ਜ਼ਕਰੀਆ ਖਾਨ ਜਿਸ ਤਰ੍ਹਾਂ ਤੂੰ ਸਿੰਘਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਨਾ ਇਸ ਤਰ੍ਹਾਂ ਇਹਨਾਂ ਨੇ ਖਤਮ ਨਹੀਂ ਹੋਣਾ ਇਹਨਾਂ ਨੇ ਸਗੋਂ ਦੁੱਗਣੇ ਚੁੱਗਣੇ ਹੋ ਕੇ ਵਧਣਾ ਤੇ ਤੈਨੂੰ ਇਹਨਾਂ ਨੇ ਰਾਜ ਬਿਲਕੁਲ ਪੰਜਾਬ ਦੀ ਧਰਤੀ ਤੇ ਕਰ ਨਹੀਂ ਦੇਣਾ ਜੇ ਤੂੰ ਸਿੰਘਾਂ ਦੇ ਨਾਲ ਸਿੰਘਾਂ ਦੇ ਕੋਲੋਂ ਪੰਜਾਬ ਨੂੰ ਬਚਾਉਣਾ ਚਾਹੁੰਦਾ ਆਪਣਾ ਰਾਜ ਭਾਗ ਬਚਾਉਣਾ ਚਾਹੁੰਦਾ ਇੰਜ ਕਰ ਸਿੰਘਾਂ ਦੇ ਉੱਤੇ ਲੱਗੀਆਂ ਜਿੰਨੀਆਂ ਪਾਬੰਦੀਆਂ ਨੇ ਉਹ ਸਾਰੀਆਂ ਹਟਾ ਦੇ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਣ ਦੀ ਖੁੱਲ ਦੇ ਦੇ ਔਰ ਇਹਨਾਂ ਦੇ ਉੱਤੇ ਜਿੰਨੇ ਵੀ ਹੋਰ ਤੂੰ ਤਸ਼ੱਦਦ ਕਰਦੇ ਸਾਰੇ ਬੰਦ ਕਰ ਦੇ ਇਹਦੇ ਨਾਲ ਨਾਲ ਆਪਣੇ ਕੋਲੋਂ ਕੋਈ ਬਹੁਤ ਵੱਡੀ ਜਗੀਰ ਜਿਹੜੀ ਹੈ ਇਹਨਾਂ ਦੇ ਨਾਮ ਲਗਾ ਦੇ ਜਿਸ ਦੇ ਖਰਚੇ ਤੋਂ ਇਹਨਾਂ ਦਾ ਗੁਜ਼ਾਰਾ ਹੋ ਸਕੇ ਤੇ ਇਹ ਲੁੱਟਾਂ ਮਾਰਾਂ ਕਰਨੀਆਂ ਬੰਦ ਕਰ ਦੇਣ ਤੀਜਾ ਕੰਮ ਤੂੰ ਇਹ ਕਰ ਕਿ ਇਹਨਾਂ ਦੇ ਕਿਸੇ ਆਗੂ ਨੂੰ ਕੋਈ ਨਵਾਬੀ ਦੀ ਖਿਲਤ ਦੇ ਕੇ ਭੇਜ ਦੇ ਤਾਂ ਜੋ ਨਵਾਬ ਬਣ ਜਾਵੇਗਾ ਇਹਨਾਂ ਦਾ ਆਗੂ ਉਹ ਸਾਡੇ ਅਧੀਨ ਹੋ ਜਾਵੇਗਾ ਸਾਡੀ ਨਵਾਬੀ ਉਹਨਾਂ ਨੇ ਪ੍ਰਵਾਨ ਕਰ ਲਈ ਤਾਂ ਸਾਡੇ ਅਧੀਨ ਹੋ ਜਾਣਗੇ ਔਰ ਆਪਾਂ ਉਹਨਾਂ ਨੂੰ ਅਧੀਨ ਕਰਕੇ ਸਿੰਘਾਂ ਨੂੰ ਦਬਾ ਲਵਾਂਗੇ ਹੁਣ ਪਿਆਰੇ ਇਹ ਸ਼ਰਤਾਂ ਲਿਖ ਕੇ ਜ਼ਕਰੀਆ ਖਾਨ ਵੱਲ ਮੋੜਵੀਂ ਚਿੱਠੀ ਮੁਹੰਮਦ ਸ਼ਾਹ ਰੰਗੀਲੇ ਨੇ ਲਿਖ ਕੇ ਭੇਜ ਦਿੱਤੀ ਹੈ ਹੁਣ ਪਿਆਰੇ ਜ਼ਕਰੀਆ ਖਾਨ ਨੇ ਇਹ ਚਿੱਠੀ ਨੂੰ ਪੜ੍ਹਿਆ ਉਹਦੇ ਦਿਲ ਨੂੰ ਵੀ ਗੱਲ ਚੰਗੀ ਲੱਗੀ ਕਿ ਸੱਚਮੁੱਚ ਸਿੰਘਾਂ ਦੇ ਨਾਲ ਹੁਣ ਸਮਝੌਤਾ ਕਰ ਲੈਣਾ ਚਾਹੀਦਾ ਹੈ ਉਹਨਾਂ ਨੂੰ ਜ਼ਗੀਰ ਦੇ ਦੇਣੀ ਚਾਹੀਦੀ ਹੈ ਜਿਹਦੇ ਨਾਲ ਬਾਕੀ ਖਜ਼ਾਨਾ ਜਿਹੜਾ ਉਹ ਲੱਖਾਂ ਰੁਪਈਏ ਇੱਕੋ ਦਿਨ ਦੇ ਵਿੱਚ ਲੁੱਟ ਕੇ ਲੈ ਜਾਂਦੇ ਹੈ ਇਸ ਤਰ੍ਹਾਂ 1 ਲੱਖ ਦੀ ਜ਼ਗੀਰ ਦੇ ਦਿੰਦੇ ਹੈ ਇਹਦੇ ਨਾਲ ਕੋਈ ਸਾਨੂੰ ਵੀ ਫਰਕ ਨਹੀਂ ਪੈਣਾ ਤੇ ਸਿੰਘਾਂ ਦਾ ਗੁਜ਼ਾਰਾ ਵੀ ਵਧੀਆ ਚੱਲੇਗਾ ਸੱਚਮੁੱਚ ਉਹਨਾਂ ਨੂੰ ਨਵਾਬੀ ਦੇ ਕੇ ਜਿਹੜਾ ਹੈ ਉਹ ਇੱਕ ਵਾਰ ਆਪਣੇ ਵੱਸ ਦੇ ਵਿੱਚ ਕਰ ਲੈਣਾ ਚਾਹੀਦਾ ਲਓ ਜੀ ਇਹ ਵਿਚਾਰ ਬਣਾਈ ਹੈ ਜ਼ਕਰੀਆ ਖਾਨ ਨੇ ਹੁਣ ਪਿਆਰਿਓ ਚਬਾਲ ਕੰਗਣਵਾਲ ਤੇ ਦੀਪਾਲਪੁਰ ਇਹ ਅੰਮ੍ਰਿਤਸਰ ਦੇ ਨਾਲ ਲੱਗਦੇ ਹੋਰ ਪਿਆਰਿਓ ਸਾਰੇ ਕੁੱਲ ਮਿਲਾ ਕੇ 18 ਪਿੰਡਾਂ ਦੀ ਜ਼ਗੀਰ ਜੋ ਕਿ 1 ਸਾਲ ਦੀ ਲਗਭਗ 1 ਲੱਖ ਰੁਪਈਆ ਬਣਦੀ ਹੈ ਭਾਵ ਕਿ ਜਿੰਨੀ ਉੱਥੇ ਫਸਲ ਹੁੰਦੀ ਹੈ ਉਸ ਫਸਲ ਦਾ ਉਗਰਾਇਆ ਹੋਇਆ ਟੈਕਸ ਉਹ 1 ਲੱਖ ਰੁਪਈਆ ਬਣਦਾ ਜੋ ਸਰਕਾਰ ਨੇ ਖਾਲਸੇ ਨੂੰ ਦੇਣਾ ਪ੍ਰਵਾਨ ਕੀਤਾ ਹੈ ਤੇ ਦੂਜਾ ਕੰਮ ਉਹਨਾਂ ਨੇ ਸਿੰਘਾਂ ਦੇ ਉੱਤੇ ਲੱਗੀਆਂ ਸਾਰੀਆਂ ਪਾਬੰਦੀਆਂ ਜਿਹੜੀਆਂ ਦੇਸ਼ ਦੇ ਵਿੱਚੋਂ ਹਟਾ ਦਿੱਤੀਆਂ ਤੀਜਾ ਕੰਮ ਉਹਨਾਂ ਦੇ ਕਿਸੇ ਆਗੂ ਦੇ ਵੱਲ ਉਹਨਾਂ ਨੇ ਇੱਕ ਨਵਾਬੀ ਦੀ ਪੇਸ਼ਕਸ਼ ਕੀਤੀ ਹੈ ਜੋ ਕਿ ਪਿਆਰੇ ਨਵਾਬੀ ਬਹੁਤ ਵੱਡਾ ਮੁਗਲ ਦਰਬਾਰ ਦੇ ਵਿੱਚ ਇੱਕ ਅਹੁਦਾ ਹੋਇਆ ਕਰਦਾ ਸੀ ਇੱਕ ਰੈਂਕ ਹੋਇਆ ਕਰਦਾ ਸੀ ਹੁਣ ਪਿਆਰੇ ਇਹ ਜਿਹੜੀਆਂ ਪੇਸ਼ਕਸ਼ ਸਰਕਾਰ ਨੇ ਸਿੰਘਾਂ ਨੂੰ ਕਰਨੀ ਹੈ ਇਹ ਸਾਰਾ ਸਮਝੌਤਾ ਕਰਾਉਣ ਵਾਸਤੇ ਇੱਕ ਵਿਚੋਲੇ ਦੀ ਲੋੜ ਹੈ ਹੁਣ ਵਿਚੋਲਾ ਜ਼ਕਰੀਆ ਖਾਨ ਨੇ ਚੁਣਿਆ ਸਰਦਾਰ ਸੁਬੇਗ ਸਿੰਘ ਜੰਬਰ ਪਿੰਡ ਵਾਲਾ ਪਿਆਰੇ ਸਰਦਾਰ ਸੁਬੇਗ ਸਿੰਘ ਜਿਹਨੂੰ ਆਪਣੇ ਪੁੱਤਰ ਭਾਈ ਸ਼ਾਬਾਸ਼ ਸਿੰਘ ਦੇ ਨਾਲ ਬਾਅਦ ਵਿੱਚ ਚਰਖੜੀਆਂ ਤੇ ਚੜ੍ਹ ਕੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਸੁਬੇਗ ਸਿੰਘ ਐਸਾ ਗੁਰੂ ਕਾ ਸਿੱਖ ਹੈ ਜਿਹੜਾ ਸਿੱਖੀ ਦੇ ਵਿੱਚ ਪਰਪੱਕ ਹੈ ਪਿਆਰ ਪਿਆਰੇ ਉਹ ਸਰਕਾਰੀ ਠੇਕੇਦਾਰ ਹੈ ਸਰਕਾਰ ਦੇ ਨਾਲ ਮਿਲਵਰਤਨ ਵੀ ਰੱਖਦਾ ਹੈ ਇੱਥੇ ਬਾਅਦ ਵਿੱਚ ਇਹ ਲਾਹੌਰ ਸਰਕਾਰ ਦੇ ਵਿੱਚ ਪਿਆਰੇ ਕੋਤਵਾਲ ਵੀ ਕੁਝ ਸਮਾਂ ਰਹਿੰਦਾ ਹੈ ਹੁਣ ਸਰਦਾਰ ਸੁਬੇਗ ਸਿੰਘ ਜੰਬਰ ਨੂੰ ਜ਼ਕਰੀਆ ਖਾਨ ਨੇ ਸਿੰਘਾਂ ਦੇ ਨਾਲ ਸਮਝੌਤਾ ਕਰਨ ਵਾਸਤੇ ਵਕੀਲ ਵਜੋਂ ਚੁਣਿਆ ਔਰ ਪਿਆਰੇ ਸਾਰੀ ਗੱਲ ਸਮਝਾ ਕੇ ਉਹਨੇ ਇਹ ਜਿਹੜੀਆਂ ਖਿਲਤਾਂ ਨੇ ਪਿਆਰੇ ਨਵਾਬੀ ਹੈ ਜ਼ਗੀਰ ਹੈ ਇਹ ਸਾਰਾ ਕੁਝ ਇਹਦੇ ਨਾਲ ਨਾਲ ਇੱਕ ਸੋਨੇ ਦੇ ਮੁੱਠ ਜੜੀ ਕਿਰਪਾਨ ਦੋ ਪਿਆਰੇ ਸੋਨੇ ਦੇ ਕੰਗਣ ਇਹਦੇ ਨਾਲ ਨਾਲ ਇੱਕ ਸੁੱਚੇ ਮੋਤੀਆਂ ਦੀ ਮਾਲਾ ਇੱਕ ਸ਼ਾਹੀ ਪੋਸ਼ਾਕ ਇਹ ਸਾਰਾ ਕੁਝ ਇੱਕ ਥਾਲੀ ਦੇ ਵਿੱਚ ਰੱਖ ਕੇ ਸਿੰਘਾਂ ਦੇ ਵੱਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਰਦਾਰ ਸੁਬੇਗ ਸਿੰਘ ਨੂੰ ਤੋਰ ਦਿੱਤਾ ਹੈ ਪਿਆਰੇ ਹੁਣ ਸਰਦਾਰ ਸੁਬੇਗ ਸਿੰਘ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ ਹੈ ਅੱਗੇ ਖਾਲਸਾ ਵਿਸਾਖੀ ਦਾ ਦਿਹਾੜਾ ਮਨਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰ ਹੋਇਆ ਪਿਆ ਹੈ ਹੁਣ ਪਿਆਰਿਓ ਅੰਦਰ ਜਾਣ ਵਾਸਤੇ
ਜਦੋਂ ਦਰਵਾਜ਼ੇ ਉੱਤੇ ਆਇਆ ਦਰਸ਼ਨੀ ਡਿਉੜੀ ਤੇ ਪਹੁੰਚਿਆ ਤਾਂ ਪਿਆਰੋ ਸੇਵਾਦਾਰਾਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਹੈ। ਉਹਨਾਂ ਨੇ ਕਿਹਾ ਤੁਸੀਂ ਅੱਗੇ ਨਹੀਂ ਜਾ ਸਕਦੇ। ਉਹਨੇ ਦੱਸਿਆ ਕਿ ਮੈਂ ਸਰਕਾਰ ਵੱਲੋਂ ਇਸ ਤਰ੍ਹਾਂ ਸਿੰਘਾਂ ਦੇ ਵਾਸਤੇ ਜਗੀਰ ਔਰ ਨਵਾਬੀ ਦਾ ਖਿਤਾਬ ਲੈ ਕੇ ਆਇਆ, ਸਰਕਾਰ ਦਾ ਤੇ ਸਿੰਘਾਂ ਦਾ ਸਮਝੌਤਾ ਕਰਾਉਣਾ ਚਾਹੁੰਦਾ। ਪਹਿਰੇਦਾਰ ਸਿੰਘ ਨੇ ਕਿਹਾ ਕਿ ਸੁਬੇਗ ਸਿੰਘਾ, ਉਹ ਤੂੰ ਇੱਕ ਪਾਸੇ ਤੇ ਸਰਕਾਰ ਦਾ ਵਫ਼ਾਦਾਰ ਹੈ, ਦੂਜੇ ਪਾਸੇ ਤੂੰ ਸਿੱਖ ਹੋਣ ਦਾ ਦਾਅਵਾ ਕਰਦਾ। ਓਏ ਉਹ ਸਰਕਾਰ ਜਿਹੜੀ ਸਾਡੇ ਲਹੂ ਦੇ ਨਾਲ ਆਪਣੇ ਹੱਥ ਰੰਗੀ ਬੈਠੀ ਹੈ, ਤੂੰ ਉਸ ਸਰਕਾਰ ਦੇ ਨਾਲ ਮਿਲਵਰਤਨ ਰੱਖਦਾ। ਜੇ ਤੂੰ ਗੁਰੂ ਦਰਬਾਰ ਦੇ ਵਿੱਚ ਖਾਲਸੇ ਦੇ ਮੂਹਰੇ ਜਾ ਕੇ ਪੇਸ਼ ਹੋਣਾ ਹੈ ਤਾਂ ਤੈਨੂੰ ਪਹਿਲਾਂ ਤਨਖਾਹ ਦੇ ਵਿੱਚੋਂ ਲੰਘਣਾ ਪਵੇਗਾ, ਤੈਨੂੰ ਪਹਿਲਾਂ ਤਨਖਾਹ ਲੱਗੇਗੀ। ਜੇ ਤੂੰ ਉਸ ਦੇ ਵਿੱਚੋਂ ਲੰਘੇਗਾ ਤੇ ਫਿਰ ਤੂੰ ਗੁਰੂ ਦੇ ਖਾਲਸੇ ਦੇ ਦਰਬਾਰ ਵਿੱਚ ਜਾ ਸਕਦਾ। ਲਓ ਜੀ, ਸਰਦਾਰ ਸੁਬੇਗ ਸਿੰਘ ਨੂੰ ਗੁਰੂ ਕੇ ਸਿੰਘਾਂ ਨੇ ਤਨਖਾਹ ਲਾਈ। ਦੇਖੋ ਕੈਸੇ ਸੁਚੇਤ ਨੇ ਗੁਰੂ ਕੇ ਖਾਲਸੇ। ਪਿਆਰਿਓ, ਇੱਕ ਸਰਕਾਰ ਦਾ ਮਿਲਵਰਤਨੀਆਂ ਸਿੰਘ, ਭਾਵੇਂ ਉਹ ਸਿੱਖੀ ਦੇ ਵਿੱਚ ਪਰਪੱਕ ਹੈ, ਉਹ ਸਿੰਘਾਂ ਦੇ ਦਰਬਾਰ ਵਿੱਚ ਆਉਣਾ ਚਾਹੁੰਦਾ ਹੈ। ਪਿਆਰਿਓ, ਉਸ ਨੂੰ ਗੁਰੂ ਦਰਬਾਰ ਦੇ ਵਿੱਚ ਦਾਖਲ ਹੋਣ ਵਾਸਤੇ ਖਾਲਸਾ ਤਨਖਾਹ ਲਾਉਂਦਾ ਹੈ। ਪਰ ਅੱਜ ਦਾ ਜਥੇਦਾਰ ਦੇਖ ਲਓ, ਮਾਫ ਕਰਿਓ ਸਰ ਸੰਗਤ, ਜਦੋਂ ਉਹ ਸਰਕਾਰ ਜਿਹਦੇ ਰਾਜ ਦੇ ਵਿੱਚ ਪਿਆਰਿਓ 800 ਦੇ ਕਰੀਬ ਸਾਡੇ ਨੌਜਵਾਨ ਬਜ਼ੁਰਗ ਤੇ ਬੱਚੇ ਪਿਆਰਿਓ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਆਪਣੇ ਹੋਂਦ ਨੂੰ ਬਚਾਉਂਦੇ ਹੋਏ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਪਿਆਰਿਓ ਉਹੀ ਜਥੇਦਾਰ ਜਦੋਂ ਅਕਾਲ ਤਖ਼ਤ ਸਾਹਿਬ ਤੇ ਉਸ ਸਰਕਾਰ ਦੇ ਨੁਮਾਇੰਦੇ ਆਉਂਦੇ ਹੈ, ਉਹਨਾਂ ਨੂੰ ਸਿਰਪਾਓ ਬਖਸ਼ ਕੇ ਪਿਆਰਿਓ ਨਵਾਜਦਾ ਹੈ। ਕੀ ਇਹ ਅੱਜ ਦੇ ਜਥੇਦਾਰਾਂ ਦਾ ਕਿਰਦਾਰ ਸਾਡੀ 18ਵੀਂ ਸਦੀ ਦੇ ਜਥੇਦਾਰਾਂ ਨਾਲ ਮੇਲ ਖਾਂਦਾ? ਬਿਲਕੁਲ ਵੀ ਨਹੀਂ। ਹੁਣ ਪਿਆਰਿਓ, ਤਨਖਾਹ ਦੇ ਵਿੱਚੋਂ ਲੰਘ ਕੇ ਸਰਦਾਰ ਸੁਬੇਗ ਸਿੰਘ ਅੱਗੇ ਖਾਲਸੇ ਦੇ ਦਰਬਾਰ ਵਿੱਚ ਦਾਖਲ ਹੋਇਆ, ਆ ਕੇ ਸਾਰੀ ਗੱਲ ਦੱਸ ਦਿੱਤੀ ਕਿ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਵਾਸਤੇ ਸਰਕਾਰ ਵੱਲੋਂ ਭੇਜੀ ਹੋਈ 18 ਪਿੰਡਾਂ ਦੀ ਜਗੀਰ, ਜੋ ਕਿ 1 ਲੱਖ ਰੁਪਈਆ ਸਾਲਾਨਾ ਬਣਦੀ ਹੈ, ਇਹਦੇ ਨਾਲ ਨਾਲ 1 ਲੱਖ ਰੁਪਈਆ ਨਗਦ ਗੁਰੂ ਦੀਆਂ ਗੋਲਕਾਂ ਵਾਸਤੇ ਤੇ ਨਾਲ ਤੁਹਾਡੇ ਵਾਸਤੇ ਇੱਕ ਨਵਾਬੀ ਦਾ ਖਿਤਾਬ ਲੈ ਕੇ ਆਇਆ, ਮੈਨੂੰ ਜਕਰੀਆ ਖਾਨ ਨੇ ਭੇਜਿਆ। ਤੁਸੀਂ ਦੱਸੋ, ਤੁਹਾਨੂੰ ਇਹ ਜਗੀਰ ਤੇ ਨਵਾਬੀ ਪ੍ਰਵਾਨ ਹੈ? ਪਿਆਰੇ ਗੁਰੂ ਕੇ ਖਾਲਸੇ ਨੇ ਜਿੱਥੇ ਪਿਆਰੇ ਉਸ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਕੌਮ ਦਾ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੋ ਕਿ ਬਿਰਧ ਅਵਸਥਾ ਦੇ ਵਿੱਚ ਬੈਠਾ ਹੋਇਆ, ਪਿਆਰੇ ਇਹਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ, ਬਾਬਾ ਹਰੀ ਸਿੰਘ ਹਜ਼ੂਰੀਆ, ਬਾਬਾ ਬੁੱਢਾ ਸਿੰਘ ਸ਼ੁਕਰ ਚੱਕੀਏ ਵਰਗੇ ਯੋਧੇ, ਔਰ ਸਰਦਾਰ ਕਪੂਰ ਸਿੰਘ ਵਰਗੇ, ਸਰਦਾਰ ਜੱਸਾ ਸਿੰਘ ਰਾਮਗੜੀਏ ਵਰਗੇ ਪਿਆਰੇ ਇਸ ਦਰਬਾਰ ਦੇ ਵਿੱਚ ਸ਼ੋਭਾ ਪਾ ਰਹੇ ਨੇ। ਹੁਣ ਪਿਆਰਿਓ, ਸੁਬੇਗ ਸਿੰਘ ਨੇ ਆ ਕੇ ਜਦੋਂ ਪੇਸ਼ਕਸ਼ ਕੀਤੀ ਨਾ ਨਵਾਬੀ ਦੀ, ਤਾਂ ਫਿਰ ਸਰਦਾਰ ਸੁਬੇਗ ਸਿੰਘ ਨੂੰ ਦੀਵਾਨ ਦਰਬਾਰਾ ਸਿੰਘ ਕੌਮ ਦਾ ਜਥੇਦਾਰ ਕਹਿੰਦਾ, ਸੁਬੇਗ ਸਿੰਘਾ, ਓਏ ਅਸੀਂ ਕਦੋਂ ਸਰਕਾਰ ਦੇ ਕੋਲੋਂ ਜਗੀਰ ਤੇ ਨਵਾਬੀ ਮੰਗੀ ਹੈ? ਅਸੀਂ ਤੇ ਕੋਈ ਨਵਾਬੀ ਮੰਗੀ ਨਹੀਂ, ਤੂੰ ਕਿਹੜੇ ਮੂੰਹ ਦੇ ਨਾਲ ਸਾਡੇ ਕੋਲ ਸਰਕਾਰ ਦੀ ਨਵਾਬੀ ਲੈ ਕੇ ਆ ਗਿਆ? ਉਹ ਕਹਿਣ ਲੱਗਾ ਕਿ ਮੰਗੀ ਨਹੀਂ, ਪਰ ਤੁਹਾਡੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਨਵਾਬੀ ਤੇ ਜਗੀਰ ਜਿਹੜੀ ਭੇਜੀ ਗਈ ਹੈ। ਦੀਵਾਨ ਦਰਬਾਰਾ ਸਿੰਘ ਸਿੰਘਾਂ ਦੇ ਨਾਲ ਸਲਾਹ ਕਰਦਾ ਹੈ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਸਰਕਾਰ ਦੀ ਭੇਜੀ ਹੋਈ ਨਵਾਬੀ ਪ੍ਰਵਾਨ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਸਾਰੇ ਸਿੰਘ ਕਹਿਣ ਲੱਗੇ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ ਤੇ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ, ਅਸੀਂ ਸਰਕਾਰ ਦੀ ਭੀਖ ਵਿੱਚ ਮਿਲੀ ਹੋਈ ਨਵਾਬੀ ਕਦੇ ਪ੍ਰਵਾਨ ਨਹੀਂ ਕਰਾਂਗੇ। ਉਹ ਅਸੀਂ ਤੇ ਜੇਕਰ ਪਰਮਾਤਮਾ ਨੇ ਚਾਹਿਆ ਆਪਣੀ ਹਿੱਕ ਜ਼ੋਰ ਦੇ ਨਾਲ ਤੇਗਾ ਵਾਹ ਕੇ ਆਪ ਆਪਣਾ ਰਾਜ ਭਾਗ ਕਾਇਮ ਕਰਾਂਗੇ। ਸਾਨੂੰ ਸਰਕਾਰ ਦੀ ਭੀਖ ਵਿੱਚ ਮਿਲੀ ਹੋਈ ਨਵਾਬੀ ਪ੍ਰਵਾਨ ਨਹੀਂ ਹੈ, ਅਸੀਂ ਕੋਈ ਮੰਗਦੇ ਥੋੜਾ। ਨਾਲੇ ਉਹ ਸਰਕਾਰ ਜਿਹਦੇ ਹੱਥ ਸਿੱਖਾਂ ਦੇ ਲਹੂ ਨਾਲ ਰੰਗੇ ਹੋਏ ਨੇ, ਜਿਸ ਸਰਕਾਰ ਨੇ ਸਾਡੇ ਬੱਚੇ, ਸਾਡੇ ਬਜ਼ੁਰਗ, ਸਾਡੇ ਨੌਜਵਾਨ ਸ਼ਹਾਦਤ ਦੇ ਦਿੱਤੀਆਂ ਉਹਨਾਂ ਦੀਆਂ, ਤੇ ਉਸ ਸਰਕਾਰ ਦੇ ਨਾਲ ਆਪਾਂ ਕਿਵੇਂ ਸਮਝੌਤਾ ਕਰ ਲਈਏ? ਪਿਆਰਿਓ, ਅਸਨੂੰ ਇਹ ਜਿਹੜੀ ਨਵਾਬੀ ਹੈ ਉਹ ਪ੍ਰਵਾਨ ਨਹੀਂ ਹੈ। ਸਾਰੇ ਸਿੰਘ ਕਹਿਣ ਲੱਗੇ, ਹਮਕੋ ਲੋੜ ਨਵਾਬੀ ਨਹੀਂ, ਜੇ ਪਰਮਾਤਮਾ ਨੇ ਚਾਹਿਆ ਅਸੀਂ ਆਪ ਆਪਣਾ ਰਾਜ ਭਾਗ ਕਾਇਮ ਕਰਾਂਗੇ। ਹੁਣ ਪਿਆਰੇ ਸਿੰਘਾਂ ਦੇ ਵਿੱਚ ਇਸ ਗੱਲ ਦੀ ਚਰਚਾ ਛਿੜੀ ਹੈ ਤੇ ਜਥੇਦਾਰ ਦਰਬਾਰਾ ਸਿੰਘ ਨੇ ਕਹਿ ਦਿੱਤਾ, ਬਈ ਸੁਬੇਗ ਸਿੰਘਾ, ਸਾਨੂੰ ਨਵਾਬੀ ਤੇ ਜਗੀਰ ਪ੍ਰਵਾਨ ਨਹੀਂ ਹੈ। ਤੇ ਹੁਣ ਸੁਬੇਗ ਸਿੰਘ ਕਹਿੰਦਾ, ਜਥੇਦਾਰ ਜੀ, ਇਸ ਤਰ੍ਹਾਂ ਨਾ ਕਰੋ, ਮਰਜ਼ੀ ਤੁਹਾਡੀ ਹੈ, ਕਿਉਂਕਿ ਮੈਂ ਸਰਕਾਰ ਵੱਲੋਂ ਤੁਹਾਡੇ ਨਾਲ ਸਮਝੌਤਾ ਕਰਾਉਣ ਵਾਸਤੇ ਆਇਆ, ਪਰ ਮੈਂ ਸਿੱਖੀ ਤੋਂ ਦੂਰ ਨਹੀਂ, ਸਿੱਖੀ ਦੇ ਵਿੱਚ ਵੀ ਪਰਪੱਕ ਹਾਂ। ਮਰਜ਼ੀ ਤੁਹਾਡੀ ਚੱਲੇਗੀ, ਸਲਾਹ ਤੁਹਾਡੀ ਚੱਲੇਗੀ, ਪਰ ਮੇਰਾ ਇੱਕ ਮਸ਼ਵਰਾ ਹੈ,
कि जो कोई साढ़े घर कोई अपनी चीज भेजे घर आई चीज सियाने कहिंदे ने कदे मोड़नी नहीं चाहिए घर आई चीज जिहड़ी है कदे भी उन्हूं ठकराउणा नहीं चाहिए। मैं तुहाडी गल दे नाल सहमत हाँ कि सरकार ने सचमुच साढ़े उत्ते बड़े जुल्म कीते ने बड़े कहर ढाए ने पर गल इत्थे भी मुक नहीं जांदी कि आपां सरकार की भेजी हुई जिहड़ी नवाबी है वह गल ते तां है गलत ते असीं तां हाँ जे सरकार दे नाल असी समझौता करके भीख मंग के अपनी अणख नूं दा दे उत्ते ला के अपने ईमान नूं बेच के इह नवाबी आप सरकार दे कोलों मंगी होवे फिर ते साडे वास्ते इह त्रिकार जोग है पर हुण सरकार ने तुहाडे गुणां तों प्रभावित होके तुहानूं इह नवाबी दी पेशकश कीती है ते तुहानूं इह ठकराउणी नहीं चाहीदी। आम आपां सर संगत देखदे हां कि जदों साढ़े घर कोई चल के आ जाता है सरदार सुबेग सिंह कहन लगा सरकार तो साढ़े घर चल के आई है नीवी होके आई है तुहानू ठकराउणा नहीं चाहिए। इसे तरह प्यारे आम आप दुनिया के देखते हैं साढ़े आंढ गवांढ शरीके भाईचारे के अपने आस पास के सज्जणा के नाल कई बार ऐसे माण मिलाप हो जाते हैं कई बार गुस्से गिले हो जाता है पर प्यार वाले जदों कोई घर चल के आ जाए ना भावे बंदा अगला जिन्ना मर्जी गुस्से दे विच होवे कि मैं इहदे नाल मिलना नहीं पर जदों कोई घर चल के आ जावे इहदा मतलब हुंदा भी मैं हुण नीवा हो के आ गया मैनूं अपनी गलती दा अहसास है। फिर प्यारे जिहदे घर कोई चल के चलिया जांदा उह भी अगला भावे जिन्ना मर्जी अड़ब सुभा दा होवे उह भी कह दिंदा है कि तू सज्जणा मेरे घर चल के आ गया हुण तेरे नाल मेरा कोई झगड़ा नहीं कोई गिला नहीं कोई रोसा नहीं चल हुण मेरा तेरा कोई झगड़ा नहीं रहा इन्नी गल कह के दोहां जफियां पै जांदियां ने। हुण प्यारे इसे तरह सरदार कपूर सिंह माफ करियो सरदार सुबेग सिंह वह कहण लगा जथेदार जी हुण सरकार तुहाडे घर नीवी होके आई है तुहाडे घर झुक के आई है सरकार नूं अपनी गलती का एहसास है ते सियाणे कहिंदे ने जदों कोई नीवा होके आ जावे जे कोई अपनी गलती का एहसास कर लवे ते मुड़ के अगे तो गलती करन दा प्रण करे गलती ना करन दा प्रण करे फिर उस नूं तिरकारिया नहीं जांदा उहनूं गलदे नाल लाया जांदा है। साडे गुरु घर दा इक सिद्धांत है जो शरण आवे ते सिकंठ लावे ए बिरद स्वामी संधा ए सिद्धांत उत्ते चलदे होए आपां वी सरकार साडी शरण दे विच चल के आई है सानूं सरकार दी जगीर ते नवाबी जरूर प्रवान कर लैणी चाहीदी है। हुण प्यारिओ मुख दी गल करां सरदार सुबेग सिंह ने बड़ियां दलीलां दित्तियां बड़ियां विचारां दित्तियां इस अखीर सिंह जिहड़े ने उस दे नाल सहमत हो गए कि सानू सचमुच सरकार दी नवाबी ते जगीर जिहड़ी प्रवान कर लैनी चाहीदी है। हुण जगीर दी जिहड़ी रकम सी उह ते प्यारे गुरु की गोलक दे विच पा दित्ती हुण सवाल खड़ा हो गया भी नवाबी कौन लवे जिन्हों कहा जावे कि नवाबी तू ले लै उही इनकार कर देवे हमको लोड़ नवाबी नहीं हुण जिन्हां ना लिया जावे उही कह देवे कि मैनूं नवाबी दी ते लोड़ नहीं असी ते आप अपने हिस्से दी दुनिया दे बादशाह हाँ और गुरु ने चाहिया तेगां दे जोर नाल जरूर राज भाग कायम करांगे। हुण प्यारे उस हरेक कोई कह रहा है कि सानू नवाबी दी लोड़ नहीं असी ते आप अपना राज भाग कायम करांगे। मानोगे उस वेले सिंघां दे दरबार दे विच सरकार दी भेजी होई नवाबी दी हालत इस तरह हो गई जिवें गुरमुख प्यारियो एक खेड दे मैदान विच खेडते हुए खिडारियों के सामने फुटबाल दी होया करदी है भई जिहदे सामने फुटबाल आउंदा है उही उसनूं ठुट्टा मार के अगे भेजण दा जतन करदा है। इसे तरह हुण सरकार दी नवाबी दी हालत है जिहदा नाम लिया जावे उही कह देवे कि मैनूं लोड़ नवाबी दी नहीं है। हुण प्यारियो अखीर कौम दे जथेदारां ने पंज प्यारे साहबाना ने उस वेले फैसला किया भी इस तरह गल नहीं बननी। हुण प्यारियो की किया जावे कहण लगे गुरु ग्रंथ साहिब महाराज प्रकाश मान ने साजरा हजूर सतगुरु तिना दे चरणा दे विच आपां अरदास बेनती करके हुक्मनामा लईए जो हुक्मनामा गुरु महाराज देणगे उहदे अनुसार अगला फैसला लिया जावेगा। लो जी सिंघां ने कड़ा प्रसाद दी देग तैयार कीती और तैयार करके गुरु की देग महाराज दे चरणा विच रखी। एक सिंह खड़ा होके अरदास बेनती करदा है और प्यारे सतगुर सच्चे पातशाह पर हुक्मनामा दिंदे ने टहल महल तां को मिले जाको साध कृपाल के ए जड़ी नवाबी है उस नु दे देनी चाहिए जेड़ा गुरु दरबार दे विच सेवा करदा है। ते हुण सेवा कौन कर रहा है सत्कारयोग सर संगत ओही बच्चा
जेड़ा दसवें पातशाह दे चरणा दे विच कपूरे दे रूप विच गया सी 8-9 साल दी उम्र दे विच ते दसवें पातशाह ने अपनी गोद विच बिठा के उन्हूं वचन कीता सी प्यार करदिया होया कि इह ते साडा नवाब है। अज कौम दी नजर पै गया जदों गुरु ग्रंथ साहिब महाराज दा हुक्मनामा आया उस संगत दे विच प्यारे ओ भज भज के पखा चलण दी सेवा कर रहा है, कदे भज के इस पासे नूं जांदा है, कदे भज के उस पासे नूं जाके संगतां नूं पखा चलदा है, क्योंकि अज वर्गे साधन नहीं सन, अज ते इलैक्ट्रॉनिक पखे आ गए, पर उदों संगतां दी सेवा गुरु के सिख हत्थां नाल चलण वाले पखियां दे नाल करिया करदे सी। खैर प्यारे हुण सरदार कपूर सिंह दा इनाम सिंघा जणे अनाउंस कीता वी सरदार कपूर सिंह नूं नवाबी दे दित्ती जावे। सरदार कपूर सिंह ने हुक्म करके कोल सद्या गया। प्यारो जी दे मथे दे उते एक फट लगा होया जो कि कुछ दिन पहला एक जंग दे विचों लड़के आया है। हुण सरदार कपूर सिंह अपना नाम सुन के खालसे दे सामने पेश होया ते प्यारे आके फतेह दी सांझ बनाई है ते कहण लगा दसो की हुक्म है खालसे पंथ दा। ते प्यारे पंज प्यारे गुरु के सिंह कहण लगे ने कि इस वेले पंथ दा हुक्म है के सरकार वालों भेजी गई नवाबी वो तुहानू प्रवान करनी पवेगी। सरदार कपूर सिंह प्यार वाले कहन लगा गुरु के खालसे नू के खालसा जी मैं इस नवाबी दे काबल नहीं हाँ, ना ही मेरे मन दे बेच नवाबी लैण दी कोई इच्छा है, पर जेकर पंथ दा हुक्म है उस हुक्म अगे मेरी कोई पेश नहीं चल सकती, मैं उस हुक्म तो मुनकर नहीं हो सकता। जे पंथ ने हुक्म कर दिता कि कपूर सिंह नू नवाबी देनी है तो मैं इस गल नू प्रवान करता हाँ, पर नवाबी लैण तो पहला मेरिया कुछ शर्तां ने। हुण देखो प्यारियो जेकर अज दा समा हुंदा ना किसी ने नहीं सी ऐसियां शर्तां रखणियां, सगो प्यार वालियो अज किते ऐसी कुर्सी दी गल आउंदी ना सरकार वल्लों पेश करदियां प्यारे उदों ते सिंघ लड़दे होए कहिंदे सी कि असीं नवाबी नहीं लैणी। जे किते अज दा समा हुंदा प्यारियो गुरु महाराज दी हजूरी दे विच सिखां दियां पग्गां लथ जाणियां सी, अज सिखां ने एक दूजे दे दुआले कृपाना कढ लैणियां सी कि मैं नवाबी दा खिताब प्रवान करांगा, मैं नवाबी दा खिताब प्रवान करांगा, चाहे उहदे बदले सानू अपने सिद्धांत जिहड़े ने उह वी शिक्के ते क्यों ना टंगणे पैंदे, पर उदों साडे लीडर जिहड़े ने अज वर्गे नहीं सी। हुण प्यारो सरदार कपूर सिंह कहिंदा कि जे पंथ मैनूं नवाबी दा खिताब देना चाहुंदा है तां मेरा वी कुछ शर्तां ने, उह शर्तां की ने प्यारे कहन लगा मेरी पहली शर्त है जेड़ी भेजी हुई सरकार दी नवाबी दी खिलत है वो सब तो पहला पंज प्यारियां दे चरणां दे नाल सुहाई जावे, पंज प्यारियां दे चरणां विच रख के गुरु ग्रंथ साहिब महाराज दे चरणां दे विच वो मेरे सिर दे उत्ते रखी जावे, और जिस दे नाल सरकार नूं पता लग जावे जकरिया खान नूं कि उहदी भेजी हुई नवाबी असीं जुत्ती दी नोक दे नाल स्वीकार करदे हां। दूजी शर्त कहिंदा है कि मैं जे नवाब बन गया तां मैं नवाब बन के मुगलां दे दरबार दे विच पेश होण वास्ते नहीं जाया करांगा, ते तीजी शर्त है कि जे मैं नवाब बन गया ना मैं सिर ते कलगी ला के बैठांगा, पंथ दे सामने ना तबखरा तख्त सजा के बैठांगा, ते मेरी तीजी शर्त है कि मैं जिहड़ी बचपन तो सिंघां दी सेवा करदा आ रहा घोड़ियां दे तबेलियां नूं साफ करन दी ते संगत नूं सेवा करन दी संगत ते पक्खा झलण दी उह सेवा मेरे कोलों खोई ना जावे। जिवें सरदार कपूर सिंह नवाबी प्रवान करन तों पहलां पंथ दे सामने कुछ शर्तां रखदा है, ढाडी जथा आप संगत दी सेवा विच इउं बिण सुनाया।
नाथ सरदार ने ते शीश निभाया जोड़े हाथ सरदार ने ते शीश निभाया हो जोड़े हाथ सरदार ने ते शीश निभाया हो जोड़े हाथ सरदार ने ते शीश निभाया कहता है मंजूर मैनू जो पंत्र चाया हो कहता है मंजूर मैनू जो पंत्र चाया हो कहता है मंजूर मैनू भाई कहता है मंजूर मैनू हो कहता है मंजूर मैनू जो पथ ने चाया हो कहता है मंजूर मैनू जो पथ ने चाया आके मुखो परमायावन बाबी आके मुखो परमाया फिर लवन बाबी आके मुखो फरमाया हो लवन बाबी आके मुखो फरमाया लवन बाबी आके मुखो फरमाया हो मेरा बीक खालसा हो जाए बजन पुकाया खालसा जय बचन पुकाया मेरा बीक खालसा जय बचन पुकाया हो मेरा बीक खालसा जय बचन पुकाया हो मेरा बीक खालसा जय बचन पुकाया सेवा तो दल पंथ दी ना जय हटाया सेवा तो दल पंथ दी ना जय हटाया हो सेवा तो दल पंथ दी भाई सेवा तो दल पंथ दी सेवा तो दल पंथ दी ना जाए हटाया हो सेवा तो दल पंथ दी ना जाए हटाया बापी नू जाए पंजा दे चरनी छाया बापी नू जाए पंजा दे चरनी छाया हो बापी नू जाए पंजा दे चरनी छाया नो बाबी नू जै पंजा दे चरनी छुहाया तो जागता ही गुरप्रीत मेरी जावे पहनाया गुरप्रीत फेरी जाबे पहनाया पोशाक ताई गुरप्रीत फेरी जाबे पहनाया जाबे पहनाया जाबे पहनाया पंथ दा हुक्म मन के सरदार कपूर सिंह नवाबी लैण वास्ते तां तैयार हो गया।
पर उन्हें कुछ शर्तां रखियां। पहली शर्त रखी पांच पचंगियां चरनी छुहाए धरो सीस मोहे पवित्र कराए कि खालसा जी नवाबी पंजां सिंघां दे चरणां दे नाल छुहा के फिर मेरे सिर उत्ते पवित्र करके रखी जावे सजाई जावे। सो प्यारे पांच प्यारे गुरु चरणां दे विचों उठ के सामने आए ने जिन्हां दे विच भाई हरी सिंह हजूरिया शहीद बाबा दीप सिंह साहब जी और सरदार चरत सिंह शुकर चकीए दा पिता सरदार बुढ़ा सिंह शुकर चकीआ इहदे नाल ही प्यारे जस्सा सिंह रामगढ़िया ते सरदार करम सिंह ये पांच प्यारियां दे रूप दे विच सामने आए पंजां दे चरणां दे विच ਉਹ ਨਵਾਬੀ ਦੀ ਖਿਲਤ ਰੱਖ ਕੇ ਔਰ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਉਹ ਨਵਾਬੀ ਦੀ ਪੋਸ਼ਾਕ ਪਹਿਨਾਈ ਗਈ ਤੇ ਨਾਲ ਹੀ ਉਹਨੂੰ ਕੌਮ ਨੇ ਫਿਰ ਨਵਾਬ ਦਾ ਜਿਹੜਾ ਖਿਤਾਬ ਬਖਸ਼ਿਸ਼ ਕੀਤਾ ਇਹ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨਦਰ ਪਿਆਰੇ ਜਿਸ ਦੇ ਉੱਤੇ ਪਾਤਸ਼ਾਹ ਆਪਣੀ ਨਦਰ ਭਰੀ ਅੱਖ ਦੇ ਨਾਲ ਦੇਖ ਲੈਣ ਉਸ ਨੂੰ ਕਿਸ ਤਰ੍ਹਾਂ ਨਿਹਾਲ ਕਰ ਦਿੰਦੇ ਨੇ। ਛੋਟੀ ਉਮਰ ਦੇ ਵਿੱਚ ਪਾਤਸ਼ਾਹ ਨੇ ਕਿਹਾ ਸੀ ਕਿ ਇਹ ਸਾਡਾ ਨਵਾਬ ਹੈ। ਅੱਜ ਪੰਥ ਨੇ ਪਿਆਰੇ ਦਸਵੇਂ ਪਾਤਸ਼ਾਹ ਜੀ ਦਾ ਉਹ ਬਚਨ ਸੱਚ ਕਰਕੇ ਦਿਖਾਇਆ ਸੱਚ ਮੁੱਚ ਕਪੂਰ ਸਿੰਘ ਨੂੰ ਨਵਾਬੀ ਬਖਸ਼ ਦਿੱਤੀ। ਇਹ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਦਰੇ ਰਹਿਮਤ ਸਦਕਾ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸੋ ਪਿਆਰੇ ਦਬਾਬ ਬਣ ਕੇ ਫਿਰ ਐਸੀ ਅਗਵਾਈ ਕੌਮ ਦੀ ਜੋਗ ਸਰਦਾਰ ਕਪੂਰ ਸਿੰਘ ਨੇ ਕੀਤੀ। ਪਿਆਰੇ ਕੌਮ ਆਪਣੇ ਰਾਜ ਭਾਗ ਵਾਲੇ ਪਾਸੇ ਨੂੰ ਆਪਣੀਆਂ ਪੈੜਾਂ ਛੱਡਦੀ ਹੋਈ ਵਧੀ। ਫਿਰ ਗੁਰੂ ਕੇ ਖਾਲਸੇ ਨੇ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਖਾਲਸਾ ਰਾਜ ਜਿਹੜਾ ਕਾਇਮ ਕੀਤਾ। ਇਹਨਾਂ ਕੁਝ ਕਹਿੰਦੇ ਆਪ ਜੀ ਤੋਂ ਕਿਮਾਂ ਦੇ ਜਾਚਕਾਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਵਿਚਾਰਾਂ ਕਰਦਿਆਂ ਇਤਿਹਾਸ ਕਹਿੰਦਿਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਆਪ ਗੁਰੂ ਕੀ ਸੰਗਤ ਬਖਸ਼ਣ ਯੋਗ। ਸਮਾਂ ਮੇਰੇ ਕੋਲ ਪੰਜ ਸੱਤ ਮਿੰਟ ਮੈਂ ਆਪ ਜੀ ਦਾ ਵੱਧ ਲੈ ਗਿਆ ਉਹਦੇ ਵਾਸਤੇ ਮੈਂ ਮਾਫ਼ੀ ਮੰਗਦਾ ਕਿਉਂਕਿ ਪਿਆਰਿਓ ਇਤਿਹਾਸ ਦੀ ਲੜੀ ਜਦੋਂ ਪ੍ਰਾਰੰਭ ਕਰ ਲਈਏ ਫਿਰ ਪਿਆਰਿਓ ਇਤਨਾ ਕੁ ਸਮਾਂ ਇੱਧਰ ਉੱਧਰ ਹੋ ਜਾਂਦਾ ਹੈ। ਇਸ ਵਾਸਤੇ ਖਿਮਾ ਦੇ ਜਾਚਕਾਂ ਸਾਡੇ ਤੋਂ ਬਾਅਦ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਆਉਣ ਵਾਲਾ ਕਵੀ ਸ਼੍ਰੀ ਜੱਦਾ ਬਹੁਤ ਹੀ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਬਰਿਆ ਤਰਨ ਤਾਰਨ ਸਾਹਿਬ ਵਾਲੇ ਉਹਨਾਂ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਹੈ। ਸਾਰੇ ਜੱਥੇ ਵੱਲੋਂ ਬੜਾ ਮਾਣ ਸਤਿਕਾਰ ਆਇਆ ਹੈ। ਪਿਆਰਿਓ ਧੰਨਵਾਦ ਕਰਦੇ ਹਾਂ ਸਾਡੇ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਕਥਾ ਦੀਆਂ ਹਾਜ਼ਰੀਆਂ ਲਗਵਾ ਕੇ ਗਏ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਿਹਾਰੀ ਪੁਰ ਵਾਲੇ। ਪਿਆਰਿਓ ਜਿਨ੍ਹਾਂ ਨੇ ਆਪ ਸੰਗਤਾਂ ਦਾ ਹੁਕਮ ਸਾਡੇ ਤੱਕ ਪਹੁੰਚਾਇਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉੱਥੇ ਹੀ ਸਿੰਘ ਟੀਵੀ ਵਾਲੇ ਵੀਰ ਲਾਈਵ ਦਿਖਾ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ। ਕੋਟਾਨਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਸਾਊਂਡ ਵਾਲੇ ਵੀਰ ਦਾ ਧੰਨਵਾਦ ਕਰਦੇ ਗੁਰੂ ਘਰ ਦੀਆਂ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਜ਼ੀਰ ਨੇ ਉਹਨਾਂ ਵੱਲੋਂ ਵੀ ਮਾਇਆ ਸਤਿਕਾਰ ਹੋਇਆ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੈ। ਔਰ ਪਿਆਰਿਓ ਆਓ ਸਾਡੀਆਂ ਗਲਤੀਆਂ ਦੇ ਉੱਤੇ ਰਹਿਮਤ ਦਾ ਪਰਦਾ ਪਾਉਂਦੇ ਹੋਏ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਢਾਡੀ ਕਥਾ ਗੁਰਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿ ਗੁਰ ਇਤਿਹਾਸ ਦੋ ਸਵਾ ਦੋ ਘੰਟੇ ਦੇ ਨਾਲ ਕਪੂਰ ਸਿੰਘ ਤੋਂ ਜਥੇਦਾਰ ਕਿੱਦਾਂ ਬਣਿਆ ਇਹ ਸਾਰੀ ਆਪਾਂ ਵਾਰਤਾ ਲਾਭ ਇਤਿਹਾਸ ਦੇ ਰੂਪ ਦੇ ਵਿੱਚ ਸਰਵਣ ਕੀਤੀ ਆ ਕਿਉਂਕਿ ਜਥੇਦਾਰੀ ਲੈਣੀ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਇੰਨਾ ਉਹਦੇ ਉਹਨਾਂ ਦੇ ਵਿੱਚ ਸਤਿਕਾਰ ਅਤੇ ਨਿਮਾਣ ਸੀ ਵੀ ਜੇ ਮੈਨੂੰ ਤੁਸੀਂ ਜ਼ਬਰਦਸਤੀ ਨਵਾਬੀ ਦਿੰਦੇ ਹਾਂ ਤਾਂ ਜਿਹੜਾ ਮੇਰਾ ਪਹਿਲਾਂ ਦਾ ਕੰਮ ਸੀ ਘੋੜਿਆਂ ਦੀ ਲੇਦੀ ਚੱਕਣਾ ਉਹ ਮੇਰੇ ਕੋਲੋਂ ਨਾ ਖੋਇਓ। ਸੋਈ ਪੰਥ ਦੇ ਹੋਰ ਬੜੇ ਮਹਾਨ ਜਰਨੈਲ ਹੋਏ ਆ ਜਥੇਦਾਰ ਹੋਏ ਆ ਜੱਸਾ ਸਿੰਘ ਜੀ ਆਲੂ ਵਾਲੀ ਆ ਜੱਸਾ ਸਿੰਘ ਜੀ ਰਾਮਗੜੀਆ ਅਤੇ ਬਾਕੀ ਸ਼ਾਮ ਸਿੰਘ ਜੀ ਅਟਾਰੀ ਹਰੀ ਸਿੰਘ ਜੀ ਨਲੂਆ ਮਹਾਨ ਸੂਰਬੀਰ ਯੋਧੇ ਜਰਨੈਲ। ਸੋਈ ਕਮੇਟੀ ਵੱਲੋਂ ਇਸ ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਗੁਰੂ ਘਰ ਦੀ ਬਖਸ਼ਿਸ਼ ਇਹਨਾਂ ਨੂੰ ਦਿੱਤੀ ਜਾਊਗੀ। ਉਹ ਸੇਵਾ ਪ੍ਰਗਟ ਸਿੰਘ ਸਰਪੰਚ ਸਾਹਿਬ ਉਹ ਨਿਭਾਉਣਗੇ। ਮੈਂ ਬੇਨਤੀ ਕਰਦਾ ਕਿ
मैं बेनती करना ढाडी जथे नूं कि वह गुरु घर की बख्शिश गुरु महाराज के सामने सन्मुख हो के लैण की कृपालता करन जी। सरदार सरपंच सिंह सरदार प्रगट सिंह जी सरपंच नगर पंचायत